ਵਰਿਆਮ ਸਿੰਘ ਸੰਧੂ ਦੀ ਪੁਸਤਕ ਚੌਥੀ ਕੂਟ ਦੀ ਕਹਾਣੀ ਹੈ। ਚੌਥੀ ਕੂਟ। ਜਿਉਂ ਹੀ ਸੂਰਜ ਦੂਰ ਪੱਛਮ ਵਿੱਚ ਉੱਚੇ ਲੰਮੇ ਰੁੱਖਾਂ ਵਿੱਚੋਂ ਦੀ ਹੇਠਾਂ ਅਤੇ ਫਿਰ ਹੋਰ ਹੇਠਾਂ ਹੋਣ ਲੱਗਾ ਤਾਂ ਮੇਰਾ ਦਿਲ ਵੀ ਜਿਵੇਂ ਧੱਕ ਕਰਕੇ ਹੇਠਾਂ ਬੈਠਣ ਲੱਗਾ ਸੀ। ਮੈਂ ਕਦੀ ਘੜੀ ਵੱਲ, ਕਦੀ ਬੱਸ ਦੀ ਚਾਲ ਅਤੇ ਬੱਸ ਦੇ ਡਰਾਈਵਰ ਵੱਲ ਅਤੇ ਫਿਰ ਬਾਹਰ ਪਸਰ ਰਹੇ ਸ਼ਾਮ ਦੇ ਹਨੇਰੇ ਵੱਲ ਵੇਖ ਰਿਹਾ ਸਾਂ। ਸੱਜੇ ਹੱਥ ਨਾਲ ਦੀ ਸੀਟ 'ਤੇ ਬੈਠੇ ਜੁਗਲ ਕਿਸ਼ੋਰ ਦੇ ਚਿਹਰੇ ਵੱਲ ਵੇਖ ਕੇ ਉਹਦੇ ਚਿਹਰੇ ਤੋਂ ਭੈ ਅਤੇ ਚਿੰਤਾ ਦੇ ਚਿੰਨ੍ਹ ਤਲਾਸ਼ ਕਰਨ ਲੱਗਾ ਤਾਂ ਉਹ ਅੱਗੋਂ ਮੁਸਕਰਾ ਪਿਆ ਸੀ। ਇਹ ਡਰਾਈਵਰ ਵੀ ਬੜੀ ਕੁੱਤੀ ਸ਼ੈ ਵੇ, ਅੱਗੋਂ ਕੋਈ ਚੀਜ਼ ਆਉਂਦੀ ਹੈ ਤਾਂ ਹੌਲੀ ਕਰ ਲੈਂਦਾ ਮਾਂ ਨੂੰ, ਜਿਵੇਂ ਅਗਲੇ ਨੂੰ ਆਖਦਾ ਹੋਵੇ ਮਹਾਰਾਜ ਪਹਿਲਾਂ ਤੁਸੀਂ ਲੰਘਾ ਲਓ। ਮੈਂ ਆਖੋ ਤਾਂ ਪਾਸੇ ਕਰਕੇ ਰੋਕ ਦਿੰਦਾ, ਕਿਸੇ ਬੱਕਰੀ ਦੀ ਔਲਾਦ। ਅਤੇ ਉਹਨੇ ਨਾ ਪਸੰਦਗੀ ਦੇ ਅੰਦਾਜ਼ 'ਚ ਪਾਸੇ ਨੂੰ ਸਿਰ ਮਾਰਿਆ। ਉਹਦੀ ਗੱਲ ਦਾ ਜਵਾਬ ਦੇਣ ਦੀ ਥਾਂ ਮੈਂ ਬੱਸ ਵਿਚਲੀਆਂ ਪੱਗਾਂ ਵਾਲੀਆਂ ਅਤੇ ਪਟਿਆਂ ਵਾਲੀਆਂ ਸਵਾਰੀਆਂ ਦੀ ਗਿਣਤੀ ਕਰਨ ਲੱਗਾ। ਪੱਗਾਂ ਵਾਲੀਆਂ ਸਵਾਰੀਆਂ ਗਿਣਤੀ 'ਚ ਦੋ ਵੱਧ ਸਨ। ਮੈਂ ਪਰੇਸ਼ਾਨ ਜਿਹਾ ਹੋ ਗਿਆ, ਇੰਝ ਲੱਗਾ ਜਿਵੇਂ ਕਾਹਲੀ ਅਤੇ ਭੁਲੇਖੇ 'ਚ ਸਵਾਲ ਗਲਤ ਨਿਕਲ ਗਿਆ ਹੋਵੇ। ਰਕਮ ਮੇਟ ਕੇ ਮੈਂ ਇੱਕ ਵਾਰ ਫੇਰ ਗਿਣਤੀ ਕੀਤੀ। ਹੁਣ ਦੋਵੇਂ ਤਰ੍ਹਾਂ ਦੀਆਂ ਸਵਾਰੀਆਂ ਬਰਾਬਰ ਬਰਾਬਰ ਸਨ। ਮੈਂ ਜਿਵੇਂ ਹਾਰਦਾ ਹਾਰਦਾ ਬਚ ਗਿਆ ਸਾਂ। ਸੁੱਖ ਦਾ ਸਾਹ ਲੈ ਕੇ ਇੱਕ ਪਲ ਸੀਟ ਨਾਲ ਢੋ ਲਾ ਲਈ ਅਤੇ ਜੇਬ ਵਿੱਚੋਂ ਛੋਟੀ ਕੰਘੀ ਕੱਢ ਕੇ ਵਾਲਾਂ 'ਚ ਫੇਰਨ ਲੱਗਾ। ਫਿਰ ਕੰਘੀ ਜੇਬ 'ਚ ਪਾ ਕੇ ਬਾਰੀ ਵਿੱਚੋਂ ਬਾਹਰ ਫੈਲ ਰਹੇ ਸ਼ਾਮ ਦੇ ਘੁਸਮਸੇ 'ਚ ਨਜ਼ਰ ਗੱਡ ਦਿੱਤੀ। ਹਨੇਰੇ ਵੱਲ ਵੇਖਦਿਆਂ ਹੀ ਜਿਵੇਂ ਪਲ ਭਰ ਲਈ ਮਿਲੇ ਸੁੱਖ ਉੱਤੇ ਫਿਰ ਸਿਆਹੀ ਫੈਲ ਗਈ ਸੀ। ਸੂਰਜ ਡੁੱਬੇ ਤੋਂ ਬਾਅਦ ਬੱਸ 'ਚ ਸਫ਼ਰ ਕਰਨਾ ਤਾਂ ਮੌਤ ਦੇ ਨਾਲ ਤੁਰਨਾ ਸੀ ਅਤੇ ਫਿਰ ਇਸ ਦਿਸ਼ਾ ਵਿੱਚ। ਪਿਛਲੇ ਦਿਨੀ ਦਿੱਲੀ ਰਹਿੰਦੇ ਮੇਰੇ ਭੂਆ ਦੇ ਪੁੱਤ ਰਾਕੇਸ਼ ਦੀ ਚਿੱਠੀ ਆਈ ਸੀ। ਉਸ ਲਿਖਿਆ ਸੀ, ਜੀ ਤਾਂ ਬੜਾ ਕਰਦਾ ਸੀ ਕਿ ਸ਼ੀਲਾ ਦੇ ਵਿਆਹ 'ਤੇ ਹਾਜ਼ਰ ਹੁੰਦਾ, ਪਰ ਭਰਾਵਾ ਸੱਚੀ ਪੁੱਛੇ ਤਾਂ ਪਹਿਲੀ ਗੱਲ ਪੰਜਾਬ ਆਉਂਦਿਆਂ ਹੀ ਡਰ ਲੱਗਦਾ ਅਤੇ ਪੰਜਾਬ 'ਚ ਅੱਗੇ ਅੰਮ੍ਰਿਤਸਰ ਆਉਣਾ ਤਾਂ ਛੋਟੇ ਹੁੰਦਿਆਂ ਨਾਨੀ ਕੋਲੋਂ ਸੁਣੀ ਚੌਥੀ ਕੂਟ ਵਾਲੀ ਉਸ ਬਾਤ ਦੀ ਯਾਦ ਦਿਵਾ ਦਿੰਦਾ। ਯਾਦ ਹੈ ਨਾ ਉਹ ਬਾਤ, ਆਪਾਂ ਇਕੱਠਿਆਂ ਰਜਾਈ ਦੀ ਬੁੱਕਲ 'ਚ ਬੈਠ ਕੇ ਉਸ ਤੋਂ ਕਈ ਵਾਰੀ ਸੁਣੀ ਸੀ, ਉਦੋਂ ਜਦੋਂ ਚੌਥੀ 'ਚ ਪੜ੍ਹਦਿਆਂ ਮੈਂ 3 ਮਹੀਨੇ ਤੁਹਾਡੇ ਕੋਲ ਅੰਮ੍ਰਿਤਸਰ ਰਿਹਾ ਸਾਂ। ਮੈਨੂੰ ਮਿਆਦੀ ਬੁਖਾਰ ਹੋ ਗਿਆ ਸੀ, ਰਾਜ਼ੀ ਹੋਣ 'ਤੇ ਮੈਨੂੰ ਨਾਨੀ ਦਰਬਾਰ ਸਾਹਿਬ ਮੱਥਾ ਟਿਕਾ ਕੇ ਲਿਆਈ ਸੀ। ਸਰੋਵਰ ਵਿੱਚ ਇਸ਼ਨਾਨ ਕਰਵਾ ਕੇ ਵੀ ਦੁੱਖ ਭੰਜਣੀ ਬੇਰੀ ਹੇਠਾਂ ਸ਼ਾਮੀ ਸੌਣ ਲੱਗਿਆਂ, ਦਿਨੇ ਉੱਠਣ ਲੱਗਿਆਂ, ਰੋਟੀ ਖਾਣ ਲੱਗਿਆਂ ਉਹ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਰਦੀ ਰਹਿੰਦੀ ਸੀ। ਜੀ ਤੇ ਕਰਦਾ ਉਸ ਦੈਵੀ ਸੂਰਤ ਦੇ ਦਰਸ਼ਨ ਕਰ ਜਾਵਾਂ, ਪਤਾ ਨਹੀਂ ਹੋਰ ਸਾਲ ਹੈ ਕਿ 6 ਮਹੀਨੇ। ਬਸ ਭਰਾਵਾ ਡਰਦਾ ਨਹੀਂ ਆ ਰਿਹਾ, ਬਹਾਨਾ ਹੋਰ ਕੋਈ ਨਹੀਂ। ਇਹ 500 ਰੁਪਏ ਦਾ ਡਰਾਫਟ ਭੇਜ ਰਿਹਾ, ਭੈਣ ਨੂੰ ਮੇਰੇ ਵੱਲੋਂ ਕੋਈ ਚੀਜ਼ ਲੈ ਦੇਈਂ ਅਤੇ ਮਾਮੇ ਮਾਮੀ ਕੋਲੋਂ ਮੇਰੇ ਵੱਲੋਂ ਮਾਫ਼ੀ ਮੰਗ ਲਈ। ਉਂਝ ਬੰਦਾ ਭਾਵੇਂ ਕਿੱਡਾ ਵੀ ਕਿਉਂ ਨਾ ਹੋ ਜਾਏ, ਨਾਨਕੇ ਆਉਣ ਨੂੰ ਭਲਾਂ ਕਿਹਦਾ ਜੀ ਨਹੀਂ ਕਰਦਾ, ਪਰ ਮੇਰੇ ਮਨ 'ਚ ਛੋਟੇ ਹੁੰਦਿਆਂ ਦਾਦੀ ਤੋਂ ਸੁਣੀ ਰਾਜਕੁਮਾਰ ਵਾਲੀ ਉਹ ਬਾਤ ਘੁੰਮ ਰਹੀ ਸੀ, ਜਿਸ ਅੱਗੇ ਸ਼ਰਤ ਲਾ ਦਿੱਤੀ ਗਈ ਸੀ ਕਿ ਉਹ 3 ਕੂਟਾਂ ਵੱਲ ਤਾਂ ਬੇਫਿਕਰੀ ਨਾਲ ਜਾ ਸਕਦਾ ਸੀ ਪਰ ਚੌਥੀ ਕੂਟ ਵੱਲ ਨਹੀਂ, ਕਿਉਂਕਿ ਚੌਥੀ ਕੂਟ ਵੱਲ ਜਾਇਆ ਪੈਰ ਪੈਰ 'ਤੇ ਮੋੜ ਮੋੜ 'ਤੇ ਉਹਦੀ ਜਾਨ ਨੂੰ ਖਤਰਾ ਸੀ। ਚੌਥੀ ਕੂਟ ਵੱਲ ਗਿਆ ਤਾਂ ਉਹ ਜਿਉਂਦਾ ਵਾਪਸ ਨਹੀਂ ਸੀ ਆ ਸਕਦਾ, ਪਰ ਉਸ ਰਾਜਕੁਮਾਰ ਦੀ ਜਿਗਿਆਸਾ ਅਤੇ ਬਹਾਦਰੀ ਉਹਨੂੰ ਚੌਥੀ ਕੂਟ ਵੱਲ ਲੈ ਗਈ ਸੀ ਅਤੇ ਉਹ ਸਭ ਖਤਰਿਆਂ ਨਾਲ ਇਕੱਲਾ ਹੀ ਜੂਝ ਕੇ ਸਿਰਫ ਜਿਉਂਦਾ ਹੀ ਵਾਪਸ ਨਹੀਂ ਸੀ ਪਰਤਿਆ, ਕਈ ਕੁਝ ਅਣਮੁੱਲਾ ਪ੍ਰਾਪਤ ਕਰਕੇ ਵੀ ਪਰਤਿਆ ਸੀ। ਨਾਂ ਨੂੰ ਤਾਂ ਮੇਰਾ ਨਾਂ ਵੀ ਰਾਜਕੁਮਾਰ ਸੀ, ਪਰ ਮੈਂ ਬਾਤਾਂ ਵਾਲਾ ਰਾਜਕੁਮਾਰ ਥੋੜ੍ਹਾ ਸੀ। ਮੈਂ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਦੂਰ ਬਾਰਡਰ ਦੇ ਇੱਕ ਪਿੰਡ ਦੇ ਹਾਈ ਸਕੂਲ ਦਾ ਕਲਰਕ ਸਾਂ, ਜਿਸ ਦੇ ਮਨ 'ਚ ਸਿਰਫ ਇੰਨੀ ਜਗਿਆਸਾ ਸੀ ਕਿ ਬੱਸ ਛੇਤੀ ਤੋਂ ਛੇਤੀ ਜਲੰਧਰ ਪਹੁੰਚੇ, ਘੱਟੋ ਘੱਟ ਉਸ ਆਖਰੀ ਗੱਡੀ ਤੋਂ ਪਹਿਲਾਂ ਜੋ ਜਲੰਧਰੋਂ ਅੰਮ੍ਰਿਤਸਰ ਨੂੰ ਚੱਲਦੀ ਹੈ। ਅਤੇ ਬਹਾਦਰੀ, ਉਂਝ ਜਿਨ੍ਹਾਂ ਪਿੰਡਾਂ ਵਿੱਚ ਜਾ ਕੇ ਮੈਂ ਡਿਊਟੀ ਦਿੰਦਾ, ਉੱਥੇ ਡਿਊਟੀ ਦੇਣਾ ਵੀ ਸਾਡੀ ਦਿੱਖ ਦੇ ਬੰਦਿਆਂ ਲਈ ਬਹਾਦਰੀ ਤੋਂ ਘੱਟ ਨਹੀਂ। ਨਾਲੇ ਕਹਾਣੀ ਕਾਹਦੀ ਬਹਾਦਰੀ ਹੁਣ, ਪਤਾ ਨਹੀਂ ਤੁਹਾਡੇ ਸੱਜਿਓਂ ਖੱਬਿਓਂ ਕਦੋਂ ਕਿਸਨੇ ਕਿਸ ਨੂੰ ਗੋਲੀ ਮਾਰ ਦੇਣੀ ਹੈ। ਤੁਹਾਨੂੰ ਦੁਸ਼ਮਣ ਦਾ, ਉਹਦੀ ਸਮਰੱਥਾ ਦਾ, ਉਹਦੇ ਹਮਲੇ ਕਰਨ ਦੇ ਵੇਲੇ ਦਾ ਕੁਝ ਵੀ ਤਾਂ ਪਤਾ ਨਹੀਂ। ਮੇਰੇ ਐਨ ਸਿਰ ਦੇ ਉੱਤੇ ਬੱਸ ਦੀ ਬੱਤੀ ਜਗ ਪਈ ਤਾਂ ਉਹਦੇ ਨਾਲ ਹੀ ਛੱਤ 'ਤੇ ਲਿਖੀਆਂ ਲਾਈਨਾਂ ਉੱਗੜ ਆਈਆਂ। ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਏਗੀ। ਲਾਈਨਾਂ ਪੜ੍ਹ ਕੇ ਮੈਂ ਜੁਗਲ ਵੱਲ ਵੇਖ ਕੇ ਮੁਸਕਰਾਇਆ ਅਤੇ ਕਿਤਿਓਂ ਪੜ੍ਹੀ ਗੱਲ ਉਹਨੂੰ ਸੁਣਾਈ। ਇੱਥੇ ਹੁਣ ਇਹ ਵੀ ਲਿਖ ਛੱਡਣਾ ਚਾਹੀਦਾ, ਸਵਾਰੀ ਆਪਣੀ ਜਾਨ ਦੀ ਵੀ ਆਪ ਜ਼ਿੰਮੇਵਾਰ ਹੋਏਗੀ।
ਜੁਗਲ ਹੱਸ ਪਿਆ ਤੇ ਉਸ ਛੱਤ ਦੇ ਦੂਜੇ ਪਾਸੇ ਲਿਖੀ ਇੱਕ ਹੋਰ ਸਤਰ ਵੱਲ ਇਸ਼ਾਰਾ ਕੀਤਾ ਤੇ ਫਿਰ ਪੜ੍ਹਨ ਲੱਗਾ। ਸਿਰ ਤੇ ਬਾਜੂ ਬਾਹਰ ਨਾ ਕੱਢੋ ਜੀ, ਤੇ ਉਹ ਫਿਰ ਬੱਸਾਂ ਵਿੱਚ ਆ ਵੜਨ ਵਾਲੇ ਪਿਸਤੌਲਧਾਰੀਆਂ ਦੇ ਹਵਾਲੇ ਨਾਲ ਉਹਨਾਂ ਵੱਲੋਂ ਹੀ ਆਖਣ ਲੱਗਾ, ਸਿਰ ਤੇ ਬਾਜੂ ਬਾਹਰ ਨਾ ਕੱਢੋ ਜੀ, ਅਸੀਂ ਅੰਦਰ ਹੀ ਆ ਜਾਂਦੇ ਹਾਂ। ਅਸੀਂ ਆਪਣੇ ਆਪ 'ਤੇ ਹੱਸਣ ਦਾ ਯਤਨ ਕੀਤਾ, ਪਰ ਸਾਡੇ ਹਾਸੇ ਵਿੱਚ ਵੀ ਸਹਿਮ ਰਲਿਆ ਹੋਇਆ ਸੀ। ਚੰਡੀਗੜ੍ਹੋਂ DPI ਦੇ ਦਫ਼ਤਰੋਂ ਜੁਗਲ ਦਾ ਕੰਮ ਕਰਵਾ ਕੇ ਅੱਡੇ 'ਤੇ ਪਹੁੰਚੇ ਤਾਂ 5 ਮਿੰਟ ਪਹਿਲਾਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਬੱਸ ਚੱਲ ਚੁੱਕੀ ਸੀ। ਆਖਰੀ ਬੱਸ ਲੰਘ ਜਾਏ ਤਾਂ ਰਹਿਣ ਲਈ ਕੋਈ ਠਾਰ ਨਾ ਹੋਵੇ ਤਾਂ ਸਾਡੇ ਵਰਗੇ ਲੋਕਾਂ ਲਈ ਜੋ ਮੁਸ਼ਕਿਲ ਬਣਦੀ ਹੈ ਉਹਦਾ ਅਨੁਮਾਨ ਲਾਉਣਾ ਔਖਾ ਨਹੀਂ। ਖਾਸ ਤੌਰ 'ਤੇ ਅਜੋਕੇ ਸਮਿਆਂ 'ਚ ਜਦੋਂ ਰਹਿਣ ਦੀ ਨਹੀਂ ਜਾਨ ਬਚਾਉਣ ਦੀ ਸਮੱਸਿਆ ਵੀ ਸਿਰ 'ਤੇ ਆਉਣ ਖੜੀ ਹੁੰਦੀ ਹੈ। ਰਾਤ ਨੂੰ ਅੰਮ੍ਰਿਤਸਰ ਪੁੱਜਣਾ ਲਾਜ਼ਮੀ ਸੀ। ਅੱਜ ਘਰ ਮੁੜ ਆਉਣ ਦੀ ਪੱਕੀ ਕਰਕੇ ਆਏ ਸਾਂ। ਰਾਤ ਘਰ ਨਾ ਪਹੁੰਚਣ ਦਾ ਮਤਲਬ ਸੀ ਦੋਹਾਂ ਘਰਾਂ ਦੇ ਜੀਆਂ ਨੂੰ ਸਾਰੀ ਰਾਤ ਭੈ ਅਤੇ ਚਿੰਤਾ ਦੀ ਸੂਲੀ 'ਤੇ ਟੰਗੀ ਰੱਖਣਾ। ਸ਼ਾਦੀ ਗਮੀ 'ਤੇ ਜਾਣ ਤੋਂ ਬਿਨਾਂ ਮੈਂ ਤਾਂ ਹੁਣ ਕਦੀ ਰਾਤ ਬਾਹਰ ਹੀ ਨਹੀਂ ਸੀ ਠਹਿਰਦਾ। ਸੂਰਜ ਡੁੱਬਣ 'ਤੇ ਅੰਦਰ ਵੜ ਕੇ ਘਰ ਦੇ ਦਰਵਾਜ਼ੇ ਬੰਦ ਕਰ ਲਈਦੇ ਸਨ। ਇੱਕ ਗੱਲ ਹੋਰ ਵੀ ਸੀ, ਸਵੇਰੇ ਮੇਰੇ ਕੁਲੀਗ ਮਾਸਟਰ ਹਰਚਰਨ ਦੀ ਕੁੜੀ ਦਾ ਵਿਆਹ ਵੀ ਸੀ। ਹਰਚਰਨ ਚੰਗਾ ਬੰਦਾ ਸੀ। ਮੇਰੀ ਭੈਣ ਸ਼ੀਲਾ ਦੇ ਵਿਆਹ 'ਤੇ ਉਸਨੇ 10,000 ਰੁਪਇਆ ਮੈਨੂੰ ਹੱਥ ਉਧਾਰ ਦਿੱਤਾ ਸੀ, ਜੋ ਮੈਂ ਅਜੇ ਵੀ ਉਹਨੂੰ ਮੋੜਨਾ ਸੀ। ਉਂਝ ਵੀ ਉਹ ਤੋਂ ਤੇਲ ਕਢਾਉਣ ਲਈ ਤੋਰੀਆ ਬਾਸਮਤੀ ਅਤੇ ਚੌਲ ਗੁੜ ਗੰਨੇ ਲੋੜ ਅਨੁਸਾਰ ਲੈ ਆਈਦੇ ਸਨ। ਆਪਾਂ ਵੀ ਕਦੇ ਉਸ ਨਾਲ ਬਾਹਾਂ ਵਾਲੀ ਗੱਲ ਨਹੀਂ ਕੀਤੀ। ਐਫੀਸ਼ੈਂਸੀ ਬਾਰ ਦਾ ਕੇਸ ਹੋਵੇ ਜਾਂ DO ਦਫ਼ਤਰ ਕੋਈ ਕੰਮ ਹੋਵੇ, ਆਪ ਕਰਵਾ ਕੇ ਦੇਈਦਾ ਬਿਨਾਂ ਪੈਸਿਆਂ ਤੋਂ। ਹੁਣ ਜੇ ਸਵੇਰੇ ਨਾ ਪਹੁੰਚਦਾ ਤਾਂ ਉਸ ਕੀ ਆਖਣਾ ਸੀ। ਮੇਰਾ ਮਨ ਹੀ ਨਹੀਂ ਮੰਨਦਾ ਕਿ ਧੀ ਧਿਆਣੀ ਨੂੰ ਸ਼ਗਨ ਪਾਉਣ ਵੀ ਨਾ ਪਹੁੰਚਾਂ। ਉਂਝ ਵੀ ਰਾਤ ਹੋਟਲਾਂ 'ਚ ਠਹਿਰਨ ਦੀ ਸਾਡੇ ਬਹੁ ਲੋਕਾਂ 'ਚ ਪਹੁੰਚ ਕਿੱਥੇ। ਰਾਜੂ ਵੇਖ ਲਿਆ, ਉਹ ਵੀ ਦਿਨ ਸਨ ਜਦੋਂ ਕੰਮ ਮੁਕਾ ਕੇ ਹਲਕਾ ਜਿਹਾ ਪੈਗ ਲਾ ਕੇ ਫਿਲਮ ਵੇਖ ਕੇ ਰਾਤ ਚੰਡੀਗੜ੍ਹੋਂ ਬੱਸ 'ਤੇ ਚੱਲ ਕੇ ਅੰਮ੍ਰਿਤਸਰ ਪਹੁੰਚ ਜਾਈਦਾ ਸੀ, ਅਤੇ ਘੜੀ ਪਲ ਠੌਂਕਾ ਲਾ ਕੇ ਵੀ ਸਵੇਰੇ ਡਿਊਟੀ 'ਤੇ ਜਾਣ ਲਈ ਤਿਆਰ ਹੋਈਦਾ ਸੀ। ਮੈਨੂੰ ਜਾਪਿਆ ਉਹ ਪੰਜਾਬ ਤਾਂ ਹੁਣ ਬੀਤੇ ਦੀ ਕਹਾਣੀ ਹੋ ਕੇ ਰਹਿ ਗਿਆ ਸੀ, ਇੱਕ ਸੁਪਨੇ ਵਾਂਗ ਦੂਰ, ਬਹੁਤ ਦੂਰ, ਕਿਧਰੇ ਪਿੱਛੇ ਵੱਲ। ਕਿਸੇ ਦੱਸਿਆ ਜਲੰਧਰ ਨੂੰ ਆਖਰੀ ਬੱਸ ਅਜੇ ਜਾਣੀ ਸੀ, ਜੇ ਅਸੀਂ ਉਸ 'ਤੇ ਚੜ੍ਹ ਜਾਈਏ ਤਾਂ ਜਲੰਧਰੋਂ ਅੰਮ੍ਰਿਤਸਰ ਨੂੰ ਜਾਣ ਵਾਲੀ ਆਖਰੀ ਗੱਡੀ ਮਿਲ ਸਕਦੀ ਸੀ। ਅਤੇ ਸਾਰਾ ਰਾਹ ਮੇਰਾ ਮਨ ਬੱਸ ਦੀ ਸਪੀਡ ਦੇ ਨਾਲ ਨਾਲ ਹੀ ਨਹੀਂ, ਸਗੋਂ ਉਸ ਤੋਂ ਵੀ ਕਿਤੇ ਤੇਜ਼ ਦੌੜਦਾ ਰਿਹਾ ਸੀ। ਮੈਂ ਬਾਰ ਬਾਰ ਘੜੀ ਉੱਤੋਂ ਟਾਈਮ ਦੇਖਦਾ ਅਤੇ ਗੱਡੀ ਚੱਲਣ ਦੇ ਸਮੇਂ ਤੱਕ ਬਾਕੀ ਬਚੇ ਸਮੇਂ ਨੂੰ ਤਕਸੀਮ ਕਰਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ, ਖਰੜ, ਰੋਪੜ, ਨਵਾਂ ਸ਼ਹਿਰ, ਬੰਗਾ, ਫਗਵਾੜਾ ਬੱਸ 'ਤੇ ਪਹੁੰਚਣ ਦਾ ਵਕਤ ਮਨ ਹੀ ਮਨ ਨਿਸ਼ਚਿਤ ਕਰਦਾ ਆ ਰਿਹਾ ਸਾਂ। ਪਰ ਹਰੇਕ ਥਾਂ 'ਤੇ ਬੱਸ ਮੇਰੇ ਅਨੁਮਾਨਿਤ ਸਮੇਂ ਤੋਂ ਪਛੜ ਕੇ ਹੀ ਪਹੁੰਚਦੀ ਰਹੀ ਸੀ। ਇੰਝ ਮੈਨੂੰ ਆਪਣੇ ਅਤੇ ਗੱਡੀ ਵਿਚਲੀ ਵਿੱਥ ਵੱਧਦੀ ਜਾਂਦੀ ਜਾਪਦੀ। ਮੈਨੂੰ ਘਬਰਾਹਟ ਹੋਣ ਲੱਗੀ ਸੀ, ਜੇ ਜਲੰਧਰ ਵੀ ਵੇਲੇ ਸਿਰ ਨਾ ਪਹੁੰਚ ਸਕੇ ਤਾਂ। ਮੇਰੇ ਮਨ ਨੇ ਵਿੱਚੋਂ ਹੀ ਕਿਹਾ, ਜਲੰਧਰ ਵੇਲੇ ਸਿਰ ਨਹੀਂ ਸਗੋਂ ਸੁੱਖ ਸੁੱਖਾਂ ਨਾਲ ਪਹੁੰਚਣ ਦੀ ਗੱਲ ਸੋਚ। ਮੈਨੂੰ ਜਾਪਿਆ ਹੁਣੇ ਹੀ ਕੋਈ ਜਣਾ ਡਰਾਈਵਰ ਦੀ ਪੁੜਪੁੜੀ ਅਤੇ ਪਿਸਤੌਲ ਦੀ ਠੰਡੀ ਨਾਲੀ ਰੱਖੇਗਾ ਅਤੇ ਉਹਨੂੰ ਕਿਸੇ ਪਿੰਡ ਦੀ ਲਿੰਕ ਰੋਡ ਵੱਲ ਬੱਸ ਮੋੜਨ ਲਈ ਆਖੇਗਾ, ਅਤੇ ਦੂਜੇ ਹੀ ਪਲ ਮੇਰੇ ਪਿੱਛੇ ਬੈਠਾ ਸਰਦਾਰ ਆਪਣਾ ਅੱਜ ਸ਼ਾਮ ਦਾ ਸਕੋਰ ਸ਼ੁਰੂ ਕਰਨ ਲਈ ਮੇਰੇ ਤੋਂ ਹੀ ਆਪਣਾ ਖਾਤਾ ਖੋਲ੍ਹੇਗਾ। ਜੁਗਲ ਫਿਰ ਦਿਨ ਦਾ ਰੋਣਾ ਲੈ ਬੈਠਾ। ਵੇਖ ਲਾ, ਉਹ ਵੀ ਦਿਨ ਸਨ ਜਦੋਂ ਬੱਸ ਲੰਘ ਜਾਏ ਤਾਂ ਲੋਕ ਜਿੱਥੇ ਜੀ ਕਰੇ ਸਿਰਹਾਣੇ ਬਾਂਹ ਦੇ ਕੇ ਸੌਂ ਜਾਂਦੇ ਸਨ। ਇਹਨਾਂ ਨੇ ਕੀ ਕਰਤਾ? ਮੈਂ ਉਹਦੀ ਹਾਂ ਛਾਂ ਮਲਾਈ। ਅਚਾਨਕ ਮੇਰੇ ਜ਼ਹਿਨ ਦੀ ਗਰਾਰੀ ਉਹਦੇ ਆਖਰੀ ਵਾਕ 'ਤੇ ਅੜ ਗਈ, ਇਹ ਇਹਨਾਂ ਨੇ ਕੀ ਕਰਤਾ? ਮੈਂ ਆਪਣੇ ਮਨ ਨੂੰ ਪੁੱਛਿਆ, ਇਹ ਕੌਣ ਸਨ ਜਿਨ੍ਹਾਂ ਨੇ ਇਹ ਸਭ ਕੁਝ ਕਰ ਦਿੱਤਾ ਸੀ? ਪਰ ਮੇਰੇ ਮਨ ਤੋਂ ਪਹਿਲਾਂ ਹੀ ਸਾਡੇ ਸਕੂਲ ਦਾ ਅੰਮ੍ਰਿਤਧਾਰੀ DP ਬੋਲ ਪਿਆ, ਬ੍ਰਾਹਮਣ, ਹੋਰ ਕੌਣ? ਉਹ ਹਿੰਦੂ ਨਹੀਂ ਆਖੇਗਾ, ਬ੍ਰਾਹਮਣ ਆਖੇਗਾ ਬੜਾ ਘਰੋੜ ਕੇ। ਫਿਰ ਆਖੇਗਾ ਲੁਟੇਰਾ ਕੌਮ, ਝੂਠੀ ਅਤੇ ਬੇਈਮਾਨ, ਮੀਸਣੀ ਅਤੇ ਧੋਖੇਬਾਜ਼। ਇਹਨਾਂ ਦਾ ਵਸਾਹ ਨਹੀਂ ਕੀਤਾ ਜਾ ਸਕਦਾ ਕਦੀ। ਪਹਿਲਾਂ ਆਉਂਦੇ ਸਨ, ਸਾਡੇ ਨਾਲ ਰਹੋ, ਆਜ਼ਾਦ ਹੋ ਲਈਏ, ਤੁਹਾਡੇ ਰਹਿਣ ਲਈ ਇੱਕ ਖਿੱਤਾ ਦਿਆਂਗੇ, ਆਜ਼ਾਦੀ ਦਾ ਨਿੱਘ ਮਾਨਣ ਲਈ। ਅਤੇ ਆਜ਼ਾਦ ਹੁੰਦਿਆਂ ਹੀ ਆਖੇ, ਤੁਸੀਂ ਤਾਂ ਜਰਾਇਮ ਪੇਸ਼ਾ ਕੌਮ ਹੋ, ਅਤੇ ਨਿੱਘ ਦਿੱਤਾ ਬਲ਼ ਦੇ ਟੈਰ ਗਲਾਂ 'ਚ ਪਾ ਕੇ। ਫਿਰ ਸਮਝੌਤੇ ਕਰਦੇ ਨੇ, ਮੁੱਕਰ ਜਾਂਦੇ ਨੇ। ਜੇ ਸਿੰਘ ਖੜਕਾ ਦੜਕਾ ਕਰਦੇ ਨੇ ਤਾਂ ਚੀਕਦੇ ਨੇ, ਸਾਰਾ ਹਿੰਦੁਸਤਾਨ ਸਿਰ 'ਤੇ ਚੁੱਕਣਾ ਲਿਆ। ਸੱਚੀ ਗੱਲ ਹੈ, ਆਪਾਂ ਤਾਂ ਕਦੀ ਅੱਗੋਂ ਬੋਲੇ ਹੀ ਨਹੀਂ, ਜਿਹੜਾ ਬੋਲੇ ਅੱਗੋਂ ਜੀ ਜੀ ਕਰ ਛੱਡੀਦਾ। ਗੁੱਸਾ ਤਾਂ ਆਉਂਦਾ ਹੈ ਜਦੋਂ ਸਾਰੀ ਕੌਮ ਨੂੰ ਬੇਈਮਾਨ ਆਖਦਾ ਹੈ, ਪਰ ਹੋਰ ਕੋਈ ਸਟਾਫ ਮੈਂਬਰ ਵੀ ਤਾਂ ਨਹੀਂ ਬੋਲਦਾ, ਸਾਰੇ ਉਹਦੀ ਗੱਲ ਨੂੰ ਟਾਲਦੇ ਹੀ ਹਨ। ਨਾਲੇ ਬੋਲ ਕੇ ਕੌਣ ਮੌਤ ਨੂੰ ਸੱਦਾ ਦੇਵੇ?
ਹੁਣ ਤਾਂ ਸਾਡੇ ਸਕੂਲੋਂ ਪੜ੍ਹ ਕੇ ਗਿਆ ਇੱਕ ਮੁੰਡਾ ਵੀ ਉੱਧਰ ਚਲ ਗਿਆ ਸੀ। ਅਜੇ 4 ਮਹੀਨੇ ਵੀ ਨਹੀਂ ਹੋਏ, ਸਾਡੇ ਸਕੂਲ ਦੇ ਲਾਗਲੇ ਪਿੰਡ ਦੇ ਹਾਈ ਸਕੂਲ 'ਚ ਦਮ ਦਿਨਾਉਂਦੇ ਆਏ ਸਨ ਅਤੇ ਮਿੰਟਾਂ ਵਿੱਚ ਹੀ 3 ਮਾਸਟਰਾਂ ਨੂੰ ਗੋਲੀਆਂ ਨਾਲ ਦਿਨ ਦਿਹਾੜੇ ਭੁੰਨ ਕੇ ਬਚ ਕੇ ਨਿਕਲ ਗਏ ਸਨ। ਬੱਸ ਹੁਜ ਕੇ ਨਾਲ ਰੁਕੀ, ਇਹ ਜਲੰਧਰ ਕੈਂਟ ਸੀ। ਅਸੀਂ ਸੋਚਿਆ ਇੱਥੋਂ ਗੱਡੀ ਫੜਨ 'ਚ ਸੌਖ ਅਤੇ ਸਮੇਂ ਦੀ ਬੱਚਤ ਹੋ ਜਾਏਗੀ। ਸਟੇਸ਼ਨ ਦੀਆਂ ਪੌੜੀਆਂ 'ਤੇ ਖੜੋਤੇ ਕਿਸੇ ਵਿਅਕਤੀ ਨੂੰ ਪੁੱਛਣ 'ਤੇ ਪਤਾ ਲੱਗਾ ਕਿ ਗੱਡੀ ਤਾਂ ਲੰਘ ਚੁੱਕੀ ਸੀ। ਉਹਨੇ ਕਿਹਾ 3-ਵੀਲਰ ਲੈ ਲਓ, ਹਿੰਮਤ ਕਰੋ ਤਾਂ ਜਲੰਧਰੋਂ ਗੱਡੀ ਮਿਲ ਸਕਦੀ ਹੈ। ਅਜੇ ਥੋੜ੍ਹਾ ਚਿਰ ਹੋਇਆ ਇੱਥੋਂ ਲੰਘੀ ਨੂੰ। ਬੱਸ ਦੇ ਡਰਾਈਵਰ ਨੂੰ ਗਾਲਾਂ ਦਿੰਦੇ ਕਾਹਲੀ ਕਾਹਲੀ 3-ਵੀਲਰ ਲੈ ਕੇ ਜਦੋਂ ਜਲੰਧਰ ਰੇਲਵੇ ਸਟੇਸ਼ਨ 'ਤੇ ਪਹੁੰਚੇ ਪਤਾ ਲੱਗਾ ਗੱਡੀ ਉੱਥੋਂ ਵੀ ਤੁਰ ਚੁੱਕੀ ਸੀ। ਮੈਂ ਨਿਰਾਸ਼ਾ 'ਚ ਮੱਥੇ 'ਤੇ ਹੱਥ ਮਾਰਿਆ, ਹੁਣ ਫੇਰ? ਜੁਗਲ ਦਾ ਇਹ ਸਹਿਮਿਆ ਹੋਇਆ ਸਵਾਲ ਤਾਂ ਪਹਿਲਾਂ ਹੀ ਮੇਰੇ ਅੰਦਰ ਬਰਛੇ ਵਾਂਗ ਖੁਭਿਆ ਪਿਆ ਸੀ, ਜਿਹਦਾ ਜਵਾਬ ਲੱਭਣ ਲਈ ਮੈਂ ਆਪਣੇ ਅੰਦਰ ਦੌੜ ਦੌੜ ਕੇ ਹੱਫ ਚੁੱਕਾ ਸਾਂ। ਹੁਣ ਤਾਂ ਇਹੋ ਹੀ ਹੋ ਸਕਦਾ ਕਿ ਬਾਤਾਂ ਵਾਲੇ ਪਊਏ ਹੋਣ ਪੈਰੀਂ, ਜਾਂ ਹੋਵੇ ਕੋਈ ਉੱਡਣ ਕਟੋਲਾ ਜਿਸਟ ਬੈਠ ਕੇ ਅਸਮਾਨ ਰਾਹੀਂ ਉੱਡ ਕੇ ਪਹੁੰਚ ਜਾਈਏ ਅੰਬਰਸਰ। ਪਲੇਟਫਾਰਮ ਉਤਲੇ ਲੱਕੜ ਦੇ ਬੈਂਚ 'ਤੇ ਬੈਠਦਿਆਂ ਮੈਂ ਮਹਿਸੂਸ ਕੀਤਾ ਕਿ ਮੇਰੇ ਬੋਲਾਂ 'ਚ ਬੇਮਲੂਮੀ ਖਿਝ ਵੀ ਸੀ। ਜੁਗਲ ਮੈਨੂੰ ਕੁਝ ਕਹਿਣ ਦੀ ਥਾਂ ਸਰਕਾਰ ਨੂੰ ਬੁਰਾ ਭਲਾ ਕਹਿਣ ਲੱਗਾ, ਜਿਸ ਨੇ ਹਨੇਰਾ ਹੋਣ ਤੋਂ ਬਾਅਦ ਬੱਸਾਂ ਦੇ ਨਾਲ ਨਾਲ ਅੰਮ੍ਰਿਤਸਰ ਨੂੰ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਗੱਡੀਆਂ ਦਾ ਜਾਣਾ ਵੀ ਬੰਦ ਕਰ ਦਿੱਤਾ ਹੋਇਆ ਸੀ। ਥੋੜ੍ਹੇ ਚਿਰ ਪਿੱਛੋਂ ਇੱਕ ਗੱਡੀ ਲੁਧਿਆਣੇ ਵੱਲੋਂ ਆਈ ਅਤੇ ਪਲੇਟਫਾਰਮ 'ਤੇ ਆ ਲੱਗੀ। ਮੈਂ ਆਸ ਸਟੇਜ 'ਚ ਬੈਂਚ ਤੋਂ ਉੱਠ ਕੇ ਖੜੋ ਗਿਆ, ਉਸ ਵਿੱਚੋਂ ਸਵਾਰੀਆਂ ਉਤਰਨੀਆਂ ਸ਼ੁਰੂ ਹੋ ਗਈਆਂ। ਮੇਰੇ ਤੋਂ ਪਹਿਲਾਂ ਹੀ ਜੁਗਲ ਨੇ ਇੱਕ ਸਵਾਰੀ ਨੂੰ ਪੁੱਛ ਲਿਆ, ਅੰਮ੍ਰਿਤਸਰ ਜਾਣੀ ਹੈ? ਨਹੀਂ ਜੀ, ਮੇਰਾ ਖਿਆਲ ਹੈ ਇਹ ਇੱਥੋਂ ਤੱਕ ਹੀ ਹੈ। ਸਵਾਰੀ ਅੱਗੇ ਨਿਕਲ ਗਈ ਅਤੇ ਸਾਡੇ ਅੰਦਰ ਚੱਲਣ ਲੱਗਾ ਅਨਾਰ ਇੱਕਦਮ ਬੁਝ ਗਿਆ। ਗੱਡੀ ਵਿੱਚੋਂ ਉਤਰੀਆਂ ਸਵਾਰੀਆਂ ਹੌਲੀ ਹੌਲੀ ਬਾਹਰ ਹੋ ਗਈਆਂ ਸਨ। ਅਸੀਂ ਨਿਰਾਸ਼, ਉਦਾਸ ਅਤੇ ਘਬਰਾਏ ਹੋਏ ਪਲੇਟਫਾਰਮ 'ਤੇ ਖਲੋਤੇ ਸਨ। ਕੁਝ ਸੁਰੱਖਿਆ ਕਰਮਚਾਰੀ, ਜਿਨ੍ਹਾਂ 'ਚ ਰੇਲਵੇ ਪੁਲਿਸ, CIPF ਅਤੇ ਪੰਜਾਬ ਪੁਲਿਸ ਦੇ ਬੰਦੇ ਵੀ ਸਨ, ਖਾਲੀ ਹੋ ਚੁੱਕੀ ਗੱਡੀ ਦੇ ਡੱਬਿਆਂ 'ਚ ਵੜ ਕੇ ਉਹਨਾਂ ਦੀ ਚੈਕਿੰਗ ਕਰ ਰਹੇ ਸਨ। ਕਿਧਰੇ ਕੋਈ ਸਮਾਜ ਦੁਸ਼ਮਣ ਅੰਸਰ ਵਿੱਚ ਵੜ ਕੇ ਨਾ ਬੈਠਾ ਹੋਵੇ। ਨਾਲ ਦੇ ਨਾਲ ਉਹ ਗੱਡੀ ਦੇ ਖਿੜਕੀਆਂ ਦਰਵਾਜ਼ੇ ਵੀ ਬੰਦ ਕਰਵਾ ਰਹੇ ਸਨ। ਅੰਮ੍ਰਿਤਸਰ ਜਾਣਾ ਜੇ ਬਾਊ ਜੀ? ਇੱਕ ਅੱਧਖੜ ਉਮਰ ਦਾ ਸਰਦਾਰ ਜੀ ਨੇ ਹੱਥ 'ਚ ਛੋਟਾ ਜਿਹਾ ਸੂਟਕੇਸ ਫੜਿਆ ਸੀ, ਸਾਡੇ ਕੋਲ ਆ ਕੇ ਖੜੋ ਗਿਆ। ਉਹ ਪਹਿਲਾਂ ਵੀ ਸਾਨੂੰ ਗੱਡੀ ਦੀ ਪੁੱਛ ਪੜਤਾਲ ਕਰਦਿਆਂ ਵੇਖ ਚੁੱਕਾ ਸੀ। ਮੈਂ ਉਸ ਸਰਦਾਰ ਨੂੰ ਸਿਰ ਤੋਂ ਪੈਰਾਂ ਤੱਕ ਗੌਰ ਨਾਲ ਵੇਖਿਆ। ਸੱਚ ਗੱਲ ਤਾਂ ਇਹ ਹੈ ਕਿ ਸ਼ੱਕ ਨਾਲ ਵੇਖਿਆ, ਪਰ ਦੂਜੇ ਪਹਿਲੇ ਮੇਰਾ ਸ਼ੱਕ ਦੂਰ ਹੋ ਗਿਆ। ਮੈਂ ਵੀ ਅੰਮ੍ਰਿਤਸਰ ਜਾਣਾ ਪਛੜ ਗਿਆ, ਬਸ ਗਲਤੀ ਹੋ ਗਈ। ਆ ਗੱਡੀ ਊਂ ਅੰਮ੍ਰਿਤਸਰ ਨੂੰ ਹੀ ਜਾਣੀ ਆ, ਇੱਥੋਂ ਅੱਗੇ ਖਾਲੀ ਹੀ ਜਾਂਦੀ ਹੈ, ਸਵਾਰੀ ਨਹੀਂ ਕੋਈ ਲਿਜਾਂਦੀ। ਜੇ ਭਲਾ ਤਰਲਾ ਮਿਹਨਤ ਕਰ ਵੇਖੀਏ ਕਿਸੇ ਦਾ। ਉਹ ਕਿਸੇ ਹੋਰ ਪਾਸਿਓਂ ਆ ਰਹੇ ਪਾਣੀ ਦੇ ਵਹਿਣ ਵਾਂਗ ਸਾਡੇ ਮਨ ਦੇ ਵਹਿਣ ਵਿੱਚ ਸੁਭਾਵਕ ਹੀ ਆ ਸ਼ਾਮਲ ਹੋਇਆ ਅਤੇ ਇੱਕ ਪਲ ਵਿੱਚ ਸਾਡੀ ਸਾਂਝੀ ਲੋੜ ਨੇ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ। ਕਿਹਨੂੰ ਪੁੱਛੀਏ ਫਿਰ? ਮੈਂ ਉਹਨੂੰ ਸਵਾਲ ਕੀਤਾ, ਆ ਜਿਹੜੀ ਗਾਰਦ ਗੱਡੀ ਦੇ ਨਾਲ ਜਾਂਦੀ ਹੈ ਉਹਨਾਂ 'ਚੋਂ ਕਿਸੇ ਨੂੰ ਪੁੱਛ ਵੇਖੀਏ, ਭਲਾ ਕਿਸੇ ਦੇ ਮਨ ਮੇਰ ਪੈ ਜਾਏ। ਸਾਹਮਣੇ ਡੱਬੇ ਦੇ ਬਾਹਰ ਪੰਜਾਬ ਪੁਲਿਸ ਦਾ ਇੱਕ ਹਵਾਲਦਾਰ ਘੁੜਕਦਾ ਸੀ ਅਤੇ ਅੰਦਰ ਵੜੇ ਸਿਪਾਹੀ ਨੂੰ ਆਖ ਰਿਹਾ ਸੀ, ਛਿੰਦਿਆ ਸੀਟਾਂ ਦੇ ਹੇਠਾਂ ਉੱਤੇ ਚੰਗੀ ਤਰ੍ਹਾਂ ਦੇਖ ਲਈ ਹੋਏ। ਅਸੀਂ ਉਸ ਹਵਾਲਦਾਰ ਨਾਲ ਗੱਲ ਕਰਨ ਦੀ ਸੋਚੀ। ਮੈਂ ਅਤੇ ਜੁਗਲ 2 ਕਦਮ ਪਿੱਛੇ ਖੜੋਤੇ ਰਹੇ, ਸਰਦਾਰ ਹਵਾਲਦਾਰ ਨੂੰ ਪੁੱਛਣ ਲਈ। ਸਰਦਾਰ ਹੀ ਢੁਕਵਾਂ ਬੰਦਾ ਸੀ। ਸਾਹਿਬ ਬਹਾਦਰ, ਅਸੀਂ 3 ਸਵਾਰੀਆਂ ਅੰਮ੍ਰਿਤਸਰ ਜਾਣਾ, ਜਿਵੇਂ ਵੀ ਹੋਵੇ ਸਾਡੀ ਮਦਦ ਕਰੋ, ਤੁਹਾਡੀ ਸਰਦੀ ਬਣਦੀ ਸੇਵਾ ਵੀ ਕਰ ਦਿਆਂਗੇ। ਮੈਨੂੰ ਲੱਗਾ ਸੇਵਾ ਵਾਲੀ ਗੱਲ ਸਰਦਾਰ ਨੇ ਬਹੁਤ ਢੁੱਕਵੀਂ ਕੀਤੀ ਸੀ। ਅਸੀਂ ਹਵਾਲਦਾਰ ਦੇ ਮੂੰਹ ਵੱਲ ਵੇਖਦੇ ਰਹੇ ਸਾਂ। ਨਾ ਉਹ ਨਾ ਭਾ, ਅਸੀਂ ਪੰਜਾਬ ਪੁਲਿਸ ਵਾਲੇ ਤਾਂ ਅੱਗੇ ਹੀ ਬੜੇ ਬਦਨਾਮ ਆ, ਅਖੇ ਪੈਸੇ ਲੈ ਕੇ ਸਵਾਰੀਆਂ ਲੈ ਜਾਂਦੇ ਆ, ਕਿਸੇ ਹੋਰ ਨੂੰ ਪੁੱਛੋ ਜੀ। ਅਤੇ ਫਿਰ ਉਹ ਸਾਡੇ ਵੱਲ ਬਿਨਾਂ ਧਿਆਨ ਦਿੱਤਿਆਂ ਡੱਬੇ 'ਚ ਉਤਰਦੇ ਸਿਪਾਹੀ ਨੂੰ ਪੁੱਛਣ ਲੱਗਾ, ਠੀਕ ਠਾਕ ਹੈ ਨਾ ਬਸ? ਬਸ FIT ਫਿੱਟ ਆ, ਸਿਪਾਹੀ ਨੇ ਮੋੜਵਾਂ ਜਵਾਬ ਦਿੱਤਾ ਅਤੇ ਉਹ ਹੱਸਦੇ ਹੋਏ ਪਰਾਂ ਖੜੋਤੇ ਇੱਕ ਹੋਰ ਸਿਪਾਹੀ ਵੱਲ ਤੁਰ ਗਏ। ਅਸੀਂ 3ੋਂ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ। ਮੈਂ ਪਤਾ ਕਰਦਾ, ਇਹ ਕਹਿੰਦਾ ਹੋਇਆ ਜੁਗਲ ਰੇਲਵੇ ਪੁਲਿਸ ਦੇ ਇੱਕ ਕਰਮਚਾਰੀ ਵੱਲ ਗਿਆ। ਥੋੜ੍ਹੀ ਦੇਰ ਪਿੱਛੋਂ ਵਾਪਸ ਆਇਆ ਤਾਂ ਸਾਡੇ ਪੁੱਛਣ ਤੋਂ ਪਹਿਲਾਂ ਹੱਸਦਾ ਹੋਇਆ ਆਖਣ ਲੱਗਾ, ਸਭ ਕੰਜਰ ਦੀਨ ਨੇ, ਕੋਈ ਪੱਲਾ ਨਹੀਂ ਫੜਾਉਂਦਾ, ਬੁਰੇ ਫਸੇ। ਉਹ ਹਵਾਲਦਾਰ ਫਿਰ ਸਾਡੇ ਕੋਲ ਦੀ ਲੰਘਿਆ ਕਿ ਮੈਂ ਤਰਲਾ ਜਿਹਾ ਲਿਆ, ਕਰੋ ਸਰਦਾਰ ਜੀ ਕਿਰਪਾ ਸਾਡੇ 'ਤੇ। ਕਿਰਪਾ ਨੂੰ ਬਾਊ ਜੀ, ਗੱਡੀ ਕਿਹੜੀ ਮੇਰੇ ਪਿਓ ਦੀ ਆ? ਥੋੜ੍ਹਾ ਜਿਹਾ ਖਿਝ ਗਿਆ ਸੀ, ਪਰ ਥੋੜ੍ਹਾ ਜਿਹਾ ਅੱਗੇ ਜਾ ਕੇ ਉਹਨੇ ਆਖਿਆ, ਗਾਰਡ ਨਾਲ ਗੱਲ ਕਰ ਵੇਖੋ। ਅਸੀਂ ਆਸ ਨਾਲ ਗਾਰਡ ਦੇ ਡੱਬੇ ਵੱਲ ਤੁਰ ਪਏ। ਉਹ ਬਾਹਰ ਕਿਸੇ ਬੰਦੇ ਨਾਲ ਗੱਲੀ ਲੱਗਾ ਹੋਇਆ ਸੀ। ਅਸੀਂ ਕੁਝ ਕਦਮ ਉਰਾਂ ਖਲੋ ਗਏ।
ਸ਼ਿਸ਼ਟਾਚਾਰ ਵਜੋਂ। ਉਹ ਬੰਦਾ ਤਾਂ ਉਸ ਨਾਲ ਗੱਲਾਂ ਕਰਨ ਨੂੰ ਹਟ ਹੀ ਨਹੀਂ ਸੀ ਰਿਹਾ। ਇੰਝ ਕਿੰਨਾ ਕੁ ਚਿਰ ਖੜੋਤੇ ਰਹਾਂਗੇ, ਕਿਤੇ ਉਹ ਹੀ ਨਾ ਹੋਵੇ ਕਿ ਗੱਡੀ ਤੁਰਨ ਦਾ ਵੇਲਾ ਹੋ ਜਾਏ ਤੇ ਅਸੀਂ ਅਜੇ ਗੱਲ ਵੀ ਨਾ ਕਰ ਸਕੀਏ। ਬਾਊ ਜੀ ਤੁਸੀਂ ਕਰੋ ਗੱਲ। ਗਾਰਡ ਦੀ ਬਾਹਰੀ ਦਿੱਖ ਦੇਖ ਕੇ ਹੀ ਸ਼ਾਇਦ ਸਰਦਾਰ ਨੇ ਮੈਨੂੰ ਪ੍ਰੇਰਣਾ ਦਿੱਤੀ। ਮੈਂ ਅੱਗੇ ਵੱਧ ਕੇ ਝਿਜਕਦਿਆਂ ਗੱਲ ਸ਼ੁਰੂ ਕੀਤੀ। ਸਰ, ਬੜੀ ਪ੍ਰੋਬਲਮ 'ਚ ਫਸ ਗਏ ਹਾਂ। ਚੰਡੀਗੜ੍ਹੋਂ ਬੱਸ 'ਤੇ ਤੁਰੇ ਸਾਂ, ਸੋਚਿਆ ਜਲੰਧਰੋਂ ਗੱਡੀ ਫੜ ਲਾਂਗੇ, ਪਰ ਗੱਡੀ ਪਹਿਲਾਂ ਹੀ ਲੰਘ ਗਈ। ਅੰਮ੍ਰਿਤਸਰ ਲੈ ਜਾਓ, ਬੜੀ ਮਿਹਰਬਾਨੀ ਹੋਏਗੀ ਤੁਹਾਡੀ। ਮੁਸ਼ਕਲ 'ਚ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ। ਤੁਹਾਡੇ ਡੱਬੇ 'ਚ ਖੜੋ ਖੜਾ ਕੇ ਚਲੇ ਜਾਵਾਂਗੇ। ਵੇਖਣ ਨੂੰ ਤਾਂ ਗਾਰਡ ਚਿਹਰੇ ਤੋਂ ਸਾਊ ਬੰਦਾ ਜਾਪਦਾ ਸੀ, ਮੈਂ ਉਹਦੇ ਮਿਹਰਬਾਨ ਬੁੱਲ ਖੁੱਲਣ ਦੀ ਉਡੀਕ ਕਰ ਰਿਹਾ ਸੀ। ਸ੍ਰੀਮਾਨ ਜੀ, ਉੱਤੋਂ ਮਾਹੌਲ ਤਾਂ ਵੇਖੋ ਕਿਹਾ ਜਿਹਾ, ਵਾਧੂ ਬੰਦਾ ਲਿਜਾਣਾ, ਆਪਣੀ ਨੌਕਰੀ ਖਤਰੇ 'ਚ ਪਾਉਣਾ, ਰਾਦਰ ਆਪਣੀ ਜਾਨ ਖਤਰੇ 'ਚ ਪਾਉਣਾ। ਪਤਾ ਨਹੀਂ ਕਿਹੜਾ ਬੰਦਾ ਕੌਣ ਹੈ, ਕਿਸੇ ਦਾ ਕੀ ਭਰੋਸਾ। ਜੇ ਮਾਹੌਲ ਠੀਕ ਹੁੰਦਾ ਤਾਂ ਗੱਡੀ ਖਾਲੀ ਕਿਉਂ ਲਿਜਾਣੀ ਪੈਂਦੀ? ਅਕਸਰ ਕੁਝ ਸੋਚ ਕੇ ਹੀ ਤਾਂ ਅਗਲਿਆਂ ਨੇ ਬੰਦ ਕੀਤੀਆਂ ਨੇ। ਮੈਂ ਤੁਹਾਡੀ ਤਕਲੀਫ ਸਮਝਦਾ, ਹਮਦਰਦੀ ਹੈ ਮੈਨੂੰ, ਪਰ ਮੈਂ ਜ਼ਿੰਮੇਵਾਰੀ ਨਹੀਂ ਲੈ ਸਕਦਾ ਮਾਹੌਲ ਕਰਕੇ, ਆਈ ਐਮ ਸੌਰੀ। ਉਹ ਕੋਲ ਖੜੋਤੇ ਬੰਦੇ ਨਾਲ ਹੱਥ ਮਿਲਾ ਕੇ ਡੱਬੇ 'ਚ ਵੜ ਗਿਆ। ਮਾਮਾ ਮਾਹੌਲ ਦਾ, ਜੁਗਲ ਹੱਸਿਆ, ਤੇ ਫਿਰ ਉਹ ਸਾਡੀ ਗਲੀ ਦੇ ਪੰਡਿਤ ਰਾਮ ਚੰਦ ਦੇ ਹਵਾਲੇ ਨਾਲ ਗੱਲ ਕਰਨ ਲੱਗਾ, ਜਿਹੜਾ ਅੱਜ ਕੱਲ੍ਹ ਅਕਸਰ ਕਹਿੰਦਾ ਰਹਿੰਦਾ ਸੀ ਮਾਹੌਲ ਬੜਾ ਖਰਾਬ ਹੈ ਜੀ, ਇਸ ਮਾਹੌਲ 'ਚ ਸੋਚਵਾਨ ਬੰਦੇ ਦਾ ਜੀਣਾ ਮੁਸ਼ਕਿਲ ਹੋਇਆ ਪਿਆ। ਉਹ ਮਾਹੌਲ ਹੀ ਨਹੀਂ ਰਹਿ ਗਿਆ ਜਦੋਂ ਲੋਕ ਭਰਾਵਾਂ ਵਾਂਗ ਇੱਕ ਦੂਜੇ ਦੇ ਕੰਮ ਆ ਕੇ ਗਲੇ ਮਿਲ ਕੇ ਖੁਸ਼ ਹੁੰਦੇ ਸਨ। ਲੀਡਰਾਂ ਨੇ, ਕੁਰਸੀ ਦੇ ਭੁੱਖਿਆਂ ਨੇ ਮਾਹੌਲ 'ਚ ਜ਼ਹਿਰ ਘੋਲ ਦਿੱਤਾ। ਕੋਈ ਕਿਸੇ 'ਤੇ ਯਕੀਨ ਨਹੀਂ ਕਰਦਾ, ਬੰਦਾ ਬੰਦੇ ਦੇ ਲਹੂ ਦਾ ਤਿਹਾਇਆ ਫਿਰਦਾ। ਉਹ ਮਾਹੌਲ ਹੀ ਨਹੀਂ ਰਹਿ ਗਿਆ ਜੀ। ਲੋਕਾਂ ਨੇ ਪੰਡਿਤ ਰਾਮ ਚੰਦ ਦਾ ਨਾਮ ਪੰਡਿਤ ਮਾਹੌਲ ਰੱਖ ਦਿੱਤਾ ਸੀ। ਉਹਨੂੰ ਛੇੜਦੇ, ਪੰਡਿਤ ਮਾਹੌਲ ਜੀ, ਇਹ ਮਾਹੌਲ ਕਦੋਂ ਬਦਲੂਗਾ ਹੁਣ? ਜੁਗਲ ਕਹਿਣ ਲੱਗਾ, ਇਹ ਗਾਰਡ ਮਾਹੌਲ ਕਿੱਥੋਂ ਆ ਗਿਆ? ਉਸੇ ਹਵਾਲਦਾਰ ਨੇ ਗਾਰਡ ਨੂੰ ਆ ਕੇ ਸੂਚਨਾ ਦਿੱਤੀ। ਓਕੇ ਸਰ, ਰੈਡੀ, ਬੰਦੇ ਬੈਠ ਗਏ ਤੁਹਾਡੇ? ਜੀ ਜੀ, ਹੌਲਦਾਰ ਨੇ ਸੁਭਾਵਕ ਹੀ ਸਲੂਟ ਦੇ ਅੰਦਾਜ਼ 'ਚ ਹੱਥ ਚੁੱਕਿਆ। ਗਾਰਡ ਨੇ ਬਾਰੀ 'ਚ ਖੜੋ ਕੇ ਹਰੀ ਬੱਤੀ ਹਿਲਾਈ, ਗੱਡੀ ਨੇ ਵਿਸਲ ਦਿੱਤੀ ਤੇ ਫਿਰ ਗੱਡੀ ਹੁਜਕਾ ਮਾਰ ਕੇ ਹਿੱਲੀ। ਹੁਣ ਕੀ ਚਾਰਾ ਹੋ ਸਕਦਾ ਸੀ? ਮੈਂ ਫਟਾਫਟ ਬਾਰੀ ਨੂੰ ਜਾ ਹੱਥ ਪਾਇਆ। ਗਾਰਡ ਅੱਗੇ ਖੜੋਤਾ ਸੀ। ਕੀ ਕਰਦੇ ਹੋ ਬਾਊ ਜੀ, ਪਿੱਛੇ ਹਟੋ। ਮੈਂ 2 ਕਦਮ ਨਾਲ ਤੁਰਦਿਆਂ ਤਰਲਾ ਲਿਆ। ਸਰ ਪਲੀਜ਼, ਤੁਹਾਡੇ ਹਿੰਦੂ ਭਰਾ, ਤੁਸੀਂ ਨਾ ਕਰੋ ਹਮਦਰਦੀ ਤਾਂ ਹੋਰ ਕੌਣ ਕਰੋ? ਤਰਸ ਕਰੋ ਸਾਡੇ 'ਤੇ। ਮੈਂ ਮਹਿਸੂਸ ਕੀਤਾ ਉਹਦੇ ਵਤੀਰੇ 'ਚ ਥੋੜ੍ਹੀ ਜਿਹੀ ਲਚਕ ਆ ਗਈ ਸੀ। ਮੈਂ ਪਾਏਦਾਨ 'ਤੇ ਪੈਰ ਧਰਿਆ ਅਤੇ ਡੱਬੇ ਦੇ ਅੰਦਰ ਹੋ ਗਿਆ। ਮੇਰੇ ਪਿੱਛੇ ਅੰਦਰ ਆ ਵੜੇ ਜੁਗਲ ਨੂੰ ਗਾਰਡ ਹਰਕ ਕੇ ਆਖ ਰਿਹਾ, ਵੇਖੋ ਇਹ ਕੀ ਕਰਦੇ ਹੋ, ਅਕਲ ਕਰੋ ਕੋਈ। ਇੰਨੇ ਚਿਰ 'ਚ ਗੱਡੀ ਹੌਲੀ ਹੌਲੀ ਤੁਰ ਪਈ ਸੀ। ਸੂਟਕੇਸ ਵਾਲਾ ਅਧਖੜ ਸਰਦਾਰ ਨਾਲ ਨਾਲ ਦੌੜ ਰਿਹਾ ਸੀ ਅਤੇ ਤਰਲੇ ਵੀ ਕਰ ਰਿਹਾ ਸੀ। ਗਾਰਡ ਨੇ ਬਾਰੀ ਰੋਕੀ ਹੋਈ ਸੀ। ਨਹੀਂ ਜੀ ਸਰਦਾਰ ਜੀ, ਰੱਬ ਦਾ ਵਾਸਤਾ ਹੀ, ਮੇਰੇ ਨਾਲ ਭਾਰ ਤਾਂ ਨਹੀਂ ਲੱਗਣ ਲੱਗਾ ਗੱਡੀ ਨੂੰ, ਤੇਰੇ ਬੱਚੇ ਜੀ ਹੋਣ। ਪਹਿਲਾਂ ਤਾਂ ਮੈਂ ਡਰਦਾ ਚੁੱਪ ਰਿਹਾ ਕਿ ਕਿਧਰੇ ਗਾਰਡ ਸਾਨੂੰ ਵੀ ਨਾ ਉਤਾਰ ਦੇ, ਪਰ ਫਿਰ ਮੈਨੂੰ ਉਸ ਸਰਦਾਰ ਦੀ ਆਪਣੇ ਪ੍ਰਤੀ ਆਪਣੱਤ ਦਾ ਖਿਆਲ ਆਇਆ। ਕੋਈ ਨਹੀਂ, ਆਪਣਾ ਬੰਦਾ ਆ ਲੈਣ ਦਿਓ। ਅੰਦਰ ਹੋ ਕੇ ਮੈਨੂੰ ਜਾਪਦਾ ਸੀ ਜਿਵੇਂ ਮੇਰਾ ਵੀ ਗੱਡੀ 'ਤੇ ਕੋਈ ਹੱਕ ਬਣਦਾ ਸੀ ਅਤੇ ਗਾਰਡ 'ਤੇ ਵੀ। ਬਹੁਤੀ ਹਮਦਰਦੀ ਹੈ ਤਾਂ ਤੁਸੀਂ ਵੀ ਥੱਲੇ ਹੋ ਜਾਓ, ਗਾਰਡ ਮੇਰੇ ਮੂੰਹ ਵੱਲ ਕਰਕੇ ਝਿੜਕ ਕੇ ਪਿਆ। ਇੰਨੇ ਚਿਰ 'ਚ ਸਰਦਾਰ ਉਹਦੀ ਬਾਂਹ ਹੇਠੋਂ ਧੌਣ ਕੱਢ ਕੇ ਬੁੱਧ ਬੁੱਧੀ ਅੰਦਰ ਆ ਵੜਿਆ ਸੀ। ਗਾਰਡ ਵਿਚਾਰਗੀ 'ਚ ਕਹਿ ਰਿਹਾ ਸੀ, ਹੱਦ ਹੋ ਗਈ ਯਾਰ, ਕਮਾਲ ਹੈ ਤੁਹਾਡੀ, ਇਹ ਕੋਈ ਤਰੀਕਾ ਹੈ? ਉਹ ਸਾਡੇ ਤਿੰਨਾਂ 'ਤੇ ਬੁੜਬੁੜਾ ਰਿਹਾ ਸੀ। ਇੰਨੇ ਚਿਰ 'ਚ ਗੱਡੀ ਪਲੇਟਫਾਰਮ ਤੋਂ ਅੱਗੇ ਨਿਕਲ ਚੁੱਕੀ ਸੀ। ਤਰੀਕਾ ਤਾਂ ਇਹ ਹੈ ਕਿ ਬੁਟਾਰੀ ਵਰਗੇ ਸਟੇਸ਼ਨ ਕੋਲ ਗੱਡੀ ਰੋਕ ਕੇ ਤੁਹਾਡੇ ਵਰਗਿਆਂ ਨੂੰ ਰਾਹ 'ਚ ਉਤਾਰ ਦਿੱਤਾ ਜਾਏ। ਆਪਣਾ ਤਾਂ ਇਹਨਾਂ ਨੂੰ ਹੈ ਹੀ ਨਹੀਂ, ਕਿਸੇ ਦਾ ਵੀ ਕੋਈ ਖਿਆਲ ਨਹੀਂ। ਇੱਕ ਨੂੰ ਰਾਹ ਦਿੱਤਾ ਤਾਂ 3 ਅੰਦਰ ਆ ਵੜੇ, ਲਿਹਾਜ਼ ਨੂੰ ਕੋਈ ਥਾਂ ਹੀ ਨਹੀਂ। ਚਲੋ ਰਤਾ ਅੱਗੇ ਵੇਖਦੇ ਹਾਂ। ਉਹਦੇ ਚਲੋ ਰਤਾ ਅੱਗੇ ਵੇਖਦੇ ਹਾਂ ਸ਼ਬਦਾਂ 'ਚ ਬੜੀ ਭਿਆਨਕ ਚੇਤਾਵਨੀ ਸੀ। ਮੈਨੂੰ ਜਾਪਿਆ ਜਿਵੇਂ ਬਿਆਸ ਦਰਿਆ ਦੇ ਕੰਢੇ 'ਤੇ ਗੱਡੀ ਖੜੀ ਕਰੇਗਾ ਅਤੇ ਸਾਨੂੰ ਧੱਕੇ ਦੇ ਕੇ ਹੇਠਾਂ ਉਤਾਰ ਦੇਵੇਗਾ। ਉੱਚੇ ਲੰਮੇ ਬੂਝਿਆਂ 'ਚ ਜਿੱਥੇ ਅੱਤਵਾਦੀ ਲੁਕੇ ਹੋਏ ਨੇ ਜਾਂ ਜਿੱਥੇ ਪੁਲਿਸ ਤੋਂ ਪਿਸ਼ਾਬ ਕਰਨ ਦੇ ਬਹਾਨੇ ਬਚ ਕੇ ਭੱਜ ਜਾਂਦੇ ਨੇ। ਕੋਈ ਨਹੀਂ ਭਾਪੇ, ਕੋਈ ਨਹੀਂ, ਜੁਗਲ ਨੇ ਉਹਦੇ ਗੋਡਿਆਂ ਨੂੰ ਹੱਥ ਲਾਇਆ। ਉਹਨੇ ਗੁੱਸੇ ਅਤੇ ਨਫ਼ਰਤ 'ਚ ਸਿਰ ਹਿਲਾਇਆ। ਹਰ ਫਲਿਆ ਅਤੇ ਘਬਰਾਇਆ ਹੋਇਆ ਜਦੋਂ ਮੈਂ ਥੋੜ੍ਹਾ ਆਪਣੇ ਆਪ ਵਿੱਚ ਆਇਆ ਤਾਂ ਨਿੱਕੇ ਜਿਹੇ ਡੱਬੇ 'ਚ 4 ਚੁਫੇਰੇ ਵੇਖਿਆ। 4 ਜਣੇ ਡੱਬੇ 'ਚ ਹੋਰ ਸਨ। 2 ਜਣੇ ਤਾਂ ਸਮਾਨ ਰੱਖਣ ਵਾਲੀ ਸੀਟ ਵਿੱਚ ਅੜਕੇ ਬੈਠੇ ਹੋਏ ਸਨ ਅਤੇ 2 ਜਣੇ ਪਰੇ ਪਈ ਇੱਕ ਲੱਕੜ ਦੀ ਪੇਟੀ ਉੱਤੇ। ਉਹਨਾਂ ਵਿੱਚੋਂ ਸਾਡੀ ਗੱਲਬਾਤ ਵਿੱਚ ਕੋਈ ਨਹੀਂ ਬੋਲਿਆ, ਸ਼ਾਇਦ ਉਹ ਵੀ ਸਾਡੇ ਵਰਗੇ ਸਨ। ਉਹਨਾਂ ਦੀ ਚੁੱਪ ਦੱਸਦੀ ਸੀ ਜਿਵੇਂ ਆਪਣੇ ਆਪ ਨੂੰ ਕਹਿ ਰਹੇ ਹੋਣ, ਤੂੰ ਆਪਣੀ ਨਿਬੇੜ, ਤੈਨੂੰ ਕਿਸੇ ਨਾਲ ਕੀ।
ਲੌਂਡੇ ਵੇਲੇ ਤੋਂ ਹੀ ਕਾਲੀ ਹਫੜਾ ਦਫੜੀ ਭੈ ਤੇ ਸਹਿਮ ਦੇ ਸੰਗ ਸੰਗ ਚੱਲਦੇ ਰਹਿਣ ਕਰਕੇ ਮੇਰਾ ਸਿਰ ਸੁੰਨ ਜਿਹਾ ਹੋਇਆ ਪਿਆ ਸੀ। ਮੈਂ ਡੱਬੇ ਵਿਚਲੇ ਹਰੇਕ ਬੰਦੇ ਦੇ ਚਿਹਰੇ ਵੱਲ ਬੜੀ ਗੌਰ ਨਾਲ ਝਾਕਣਾ ਸ਼ੁਰੂ ਕੀਤਾ। ਸਮਾਨ ਵਾਲੀ ਸੀਟ 'ਚ ਧੌਣਾ ਨੀਵੀਆਂ ਕੀਤੀਆਂ ਬੈਠੇ ਦੋਵੇਂ ਹਿੰਦੂ ਸੱਜਣ ਸ਼ਾਇਦ ਰੇਲਵੇ ਦੇ ਕੋਈ ਕਰਮਚਾਰੀ ਸਨ। ਗਾਰਡ ਨਾਲ ਉਹਨਾਂ ਦੀ ਗੱਲਬਾਤ ਤੋਂ ਇਹੋ ਪ੍ਰਗਟ ਹੁੰਦਾ ਸੀ। ਪਰੇ ਲੱਕੜ ਦੀ ਪੇਟੀ ਤੇ ਜੁੜ ਕੇ ਬੈਠੇ ਦੋ ਸਿੱਖ ਨੌਜਵਾਨ ਸਨ। ਇੱਕ ਮੁੱਛ ਫੁੱਟ ਦੀ ਤੇ ਨਿੱਕੀ ਨਿੱਕੀ ਉੱਤਰ ਦੀ ਦਾੜੀ ਵਾਲਾ ਪਤਲਾ ਜਿਹਾ ਮੁੰਡਾ ਜਿਹਦੇ ਸਿਰ ਤੇ ਪੋਚ ਕੇ ਬੱਝੀ ਹੋਈ ਨਾਭੀ ਪੱਗ ਸੀ ਕਾਲਜੀ ਏਟਾਂ ਵਰਗੀ। ਦੂਸਰਾ ਉਹ ਤੋਂ 5-7 ਸਾਲ ਵੱਡਾ ਸੀ, ਭਾਰੇ ਜੁੱਸੇ ਦਾ, ਸਿਰ ਤੇ ਬੱਝੀ ਨੀਲੀ ਰੰਗ ਤੇ ਭਰਵੀਂ ਖੁੱਲੀ ਦਾੜੀ। ਉਹ ਕੋਈ ਗੱਲਬਾਤ ਨਹੀਂ ਸਨ ਕਰ ਰਹੇ, ਇੱਕ ਦੂਜੇ ਨਾਲ ਲੱਗ ਕੇ ਚੁੱਪ ਚਾਪ ਬੈਠੇ ਸਨ। ਮੈਨੂੰ ਉਹਨਾਂ ਦੀ ਚੁੱਪ ਹੋਈ ਸਾਜਿਸ਼ੀ ਜਿਹੀ ਜਾਪੀ। ਇੰਝ ਚੁੱਪ ਕੀਤੇ ਹੀ ਇਹੋ ਜਿਹੇ ਲੋਕ ਚੀਤੇ ਵਾਂਗ ਸ਼ਹਿ ਲਾ ਕੇ ਬੈਠੇ ਰਹਿੰਦੇ ਹਨ ਤੇ ਫਿਰ ਯੋਗ ਮੌਕਾ ਵੇਖ ਕੇ ਘਾਤਕ ਹਮਲਾ ਕਰਨ ਲਈ ਝਪਟ ਪੈਂਦੇ ਹਨ। ਮੈਂ ਤਾਂ ਹੋਰ ਧਿਆਨ ਨਾਲ ਵੇਖਿਆ ਤਾਂ ਵੱਡਾ ਜਵਾਨ ਮੈਨੂੰ ਆਪਣੇ ਸਕੂਲ ਦੇ DP ਵਰਗਾ ਲੱਗਾ। ਉਹ ਵੀ ਮੇਰੇ ਵੱਲ ਘੂਰ ਘੂਰ ਵੇਖ ਰਿਹਾ ਸੀ, ਘੱਟੋ ਘੱਟ ਮੈਨੂੰ ਤਾਂ ਇੰਝ ਹੀ ਲੱਗਾ ਸੀ। ਉਹਦੇ ਚਿਹਰੇ ਵੱਲ ਵੇਖਿਆ ਮੈਨੂੰ ਜਾਪਿਆ ਜਿਵੇਂ ਉਹ ਕੋਈ ਗੱਲ ਕਰਨ ਲਈ ਔਲਦਾ ਹੋਵੇ, ਸ਼ਾਇਦ ਉਹ ਹੁਣੇ ਆਖੇਗਾ DP ਦੇ ਬੋਲਾਂ 'ਚ। ਆ ਗਈ ਗੰਗੂ ਬਾਹਮਣ ਦੀ ਔਲਾਦ, ਕਾਬੂ, ਅੱਜ ਬਚ ਕੇ ਜਾਓ ਕਿੱਥੇ ਜਾਣਾ। ਜੇ ਪੁੱਤ ਹਰਿਮੰਦਰ ਦੀ ਵਾਰਤਾ ਸੀਨੇ 'ਚ ਰੜ ਕੇ, ਕੋਈ ਨਾ ਅੱਜ ਤੱਕ ਜਿੱਤਿਆ ਸਿੰਘਾਂ ਨਾਲ ਲੜ ਕੇ। ਅਤੇ ਮੈਂ ਇੱਕ ਵਾਰਗੀ ਕੰਬ ਹੀ ਤਾਂ ਗਿਆ ਜਦੋਂ ਉਸ ਨੌਜਵਾਨ ਨੇ ਮੈਨੂੰ ਹੀ ਉੱਚੀ ਆਵਾਜ਼ 'ਚ ਕਿਹਾ, ਬਾਊ ਜੀ। ਮੈਂ ਬੱਚਿਆਂ ਵਾਂਗ ਪੁੱਛਣ ਦੇ ਅੰਦਾਜ਼ 'ਚ ਸਿਰ ਹਿਲਾਇਆ, ਇੱਥੇ ਇੱਕ ਜਣਾ ਸਾਡੇ ਕੋਲ ਆ ਜਾਓ। ਅੜ ਉੜ ਕੇ ਬਹਿ ਜਾਂਦੇ ਹਾਂ, ਦੋ ਜਣੇ ਹਾਰ ਟਰੰਕ ਪਿਆ ਤੁਹਾਡੇ ਕੋਲ, ਉਹਨਾਂ ਉਹਦੇ 'ਤੇ ਬੈਠ ਜਾਓ। ਪੈਂਡਾ ਵਾਹ ਵਾਹ ਘੰਟਾ ਸਵਾ ਘੰਟਾ ਲੱਗ ਜਾਣਾ, ਅਜੇ ਖਲੋਤੇ ਖਲੋਤੇ ਥੱਕ ਜਾਓਗੇ। ਇੱਕ ਪਲ ਤਾਂ ਮੈਨੂੰ ਜਾਪਿਆ ਮੈਂ ਐਵੇਂ ਡਰਿਆ ਹੋਇਆ ਰੱਸੀਆਂ ਦੇ ਸੱਪ ਬਣਾਈ ਜਾ ਰਿਹਾ ਸਾਂ। ਉਸ ਨੌਜਵਾਨ ਦੇ ਬੋਲਾਂ ਵਿਚਲੇ ਅਪਣੱਤ ਵੇਖ ਕੇ ਮੈਨੂੰ ਸ਼ਰਮ ਜੀ ਵੀ ਆਈ, ਪਰ ਫਿਰ ਵੀ ਮੇਰਾ ਉਸ ਕੋਲ ਜਾਣ ਨੂੰ ਜੀ ਨਾ ਕੀਤਾ। ਮੈਂ ਉਸ ਅਧਖੜ ਸਰਦਾਰ ਨੂੰ ਉਹਨਾਂ ਕੋਲ ਜਾਣ ਲਈ ਆਖਿਆ, ਜਿਉਂਦੇ ਰਹੋ ਜਿਉਂਦੇ ਰਹੋ, ਸ਼ਾਬਾਸ਼ੇ। ਸਰਦਾਰ ਨੇ ਉਹਨਾਂ ਨਾਲ ਲੜ ਕੇ ਬੈਠਦਿਆਂ ਉਹਨਾਂ ਨਾਭੀ ਪੱਗ ਵਾਲੇ ਨੌਜਵਾਨ ਦੀ ਪਿੱਠ ਥਾਪੜੀ। ਮੈਂ ਜੁਗਲ ਨੂੰ ਟਰੰਕ ਉੱਤੇ ਬੈਠਣ ਦਾ ਇਸ਼ਾਰਾ ਕੀਤਾ। ਜੁਗਲ ਨੇ ਗਾਰਡ ਵੱਲ ਇਸ਼ਾਰਾ ਕੀਤਾ ਜਿਹੜਾ ਬਾਰੀ ਤੋਂ ਬਾਹਰ ਸੰਘਣੇ ਹੋ ਗਏ ਹਨੇਰੇ ਤੇ ਦੂਰ ਜਗ ਰਹੀਆਂ ਬੱਤੀਆਂ ਨੂੰ ਘੂਰ ਘੂਰ ਵੇਖ ਰਿਹਾ ਸੀ। ਮੈਂ ਉਹਨੂੰ ਬੈਠਣ ਲਈ ਅੱਖ ਦੱਬੀ। ਅਸੀਂ ਬੈਠੇ ਹੀ ਸਾਂ ਕਿ ਦੋਵੇਂ ਕਰਮਚਾਰੀ ਜਾਪਦੇ ਬੰਦਿਆਂ 'ਚੋਂ ਇੱਕ ਬੋਲ ਪਿਆ, ਵੇਖਿਓ ਕਿਤੇ ਭਾਰ ਨਾਲ ਟਰੰਕ ਨਾ ਤੋੜ ਦਿਓ। ਟਰੰਕ ਕਾਫੀ ਭਾਰੀ ਤੇ ਮਜ਼ਬੂਤ ਸੀ, ਪਰ ਉਹਦੇ ਸਾਡੇ ਪ੍ਰਤੀ ਗਾਰਡ ਦਾ ਰੁੱਖ ਵੇਖ ਕੇ ਉਹਨੂੰ ਖੁਸ਼ ਕਰਨਾ ਚਾਹਿਆ। ਗਾਰਡ ਨੇ ਸਾਨੂੰ ਟਰੰਕ 'ਤੇ ਬੈਠਿਆਂ ਵੇਖ ਕੇ ਫਿਟਕਾਰਨ ਦੇ ਲਹਿਜੇ 'ਚ ਆਖਿਆ, ਤੋੜ ਦਿਓ ਤੋੜ ਦਿਓ, ਕੋਈ ਭਲਾ ਨਾ ਕਰਿਓ। ਜਿਵੇਂ ਅਧਿਆਪਕ ਦੇ ਦਬਕੇ ਤੋਂ ਸਹਿਮ ਕੇ ਵਿਦਿਆਰਥੀ ਖੜ੍ਹੇ ਹੋ ਜਾਂਦੇ ਹਨ, ਮੈਂ ਇੱਕਦਮ ਉੱਠ ਕੇ ਖੜੋ ਗਿਆ। ਬਹਿ ਜਾ ਹੁਣ, ਉਹਨੇ ਫੈਸਲਾ ਸੁਣਾਉਂਦਿਆਂ ਹੱਥ ਹੇਠਾਂ ਨੂੰ ਕੀਤਾ। ਮੈਂ ਸਿਖਾਏ ਹੋਏ ਪਾਲਤੂ ਵਾਂਗ ਫਿਰ ਚੁਪਕੇ ਜਿਹੇ ਟਰੰਕ ਉੱਤੇ ਬੈਠ ਗਿਆ। ਮੈਨੂੰ ਜਾਪਿਆ ਜਿਵੇਂ ਮੈਂ ਤਾਂ ਚਾਬੀ ਵਾਲਾ ਕੋਈ ਖਿਡੌਣਾ ਸਾਂ, ਦਿਲ ਦਿਮਾਗ ਤੋਂ ਬਿਨਾਂ, ਲਹੂ ਮਾਸ ਤੋਂ ਬਿਨਾਂ, ਰਬੜ ਦੀ ਇੱਕ ਮਸ਼ੀਨ ਜਿਹੀ। ਇਸ ਤਰ੍ਹਾਂ ਦੀਆਂ ਭਿਆਨਕ ਤੇ ਸਹਿਮ ਦਾ ਫਨ ਫਲਾਈ ਸਿਰ ਤੇ ਖੜੋਤੀਆਂ ਰਾਤਾਂ ਮੇਰੀ ਜ਼ਿੰਦਗੀ 'ਚ ਬਹੁਤ ਘੱਟ ਆਈਆਂ ਸਨ। ਲਾ ਪਾ ਦੇ ਇੱਕ ਰਾਤ ਮੇਰੇ ਚੇਤੇ 'ਚ ਉਤਰ ਆਈ ਸੀ। 10 ਕੁ ਸਾਲ ਪਹਿਲਾਂ ਮੇਰੀ ਪਤਨੀ ਦੇ ਪੇਕੇ ਉਹਦੀ ਭੈਣ ਦੇ ਵਿਆਹ ਰਾਮਪੁਰ ਗਏ ਸਾਂ। ਉਸ ਦਿਨ ਹੈੱਡ ਮਾਸਟਰ ਨਾਲ ਤਨਖਾਹ ਕਢਵਾਉਣ ਚਲਾ ਗਿਆ ਸਾਂ, ਫਿਰ ਮਾਸਟਰਾਂ ਨੂੰ ਤਨਖਾਹ ਵੰਡਦਿਆਂ ਕੁਵੇਲਾ ਹੋ ਗਿਆ। ਮੈਨੂੰ ਵੀ ਤਾਂ ਤਨਖਾਹ ਚਾਹੀਦੀ ਸੀ, ਤਨਖਾਹ ਤੋਂ ਬਿਨਾਂ ਵਿਆਹ ਕਾਹਦਾ। ਜਦੋਂ ਸ਼ਹਿਰ ਪਹੁੰਚ ਕੇ ਪਤਨੀ ਅਤੇ ਛੋਟੇ ਨੀਟੂ ਨੂੰ ਨਾਲ ਲੈ ਕੇ ਬੱਸ 'ਤੇ ਚੜ੍ਹਿਆ ਤਾਂ 46 ਦਿਨਾਂ ਦੇ 5:30 ਵੱਜ ਚੁੱਕੇ ਸਨ। ਪਰ ਉਦੋਂ ਦਿਨ ਚੰਗੇ ਸਨ, ਅੱਡੇ 'ਤੇ ਉਤਰੇ ਤਾਂ ਸੂਰਜ ਕਾਫੀ ਦੇਰ ਦਾ ਡੁੱਬ ਚੁੱਕਾ ਸੀ। ਰਾਮਪੁਰ ਨੂੰ ਜਾਣ ਵਾਲੀ ਸੜਕ ਮੀਲ ਕੁ ਦੇ ਫਰਕ ਪਾ ਕੇ ਕਿਸੇ ਹੋਰ ਪਿੰਡ ਵਿੱਚੋਂ ਦੀ ਵਲ ਪਾ ਕੇ ਲੰਘਦੀ ਸੀ। ਦੂਜਾ ਰਾਹ ਸੀ ਇਸ ਦੂਜੇ ਪਿੰਡ ਦੇ ਖੇਤਾਂ ਵਿੱਚੋਂ ਦੀ, 25-30 ਕਿੱਲੇ ਅੱਗੇ ਜਾ ਕੇ ਰਾਮਪੁਰ ਦੀ ਜ਼ਮੀਨ 'ਚੋਂ ਨਿਕਲਦੀ ਕੱਚੀ ਸੜਕ ਜੋ ਸਿੱਧੀ ਰਾਮਪੁਰ ਦੀ ਫਿਰਨੀ 'ਤੇ ਜਾ ਚੜ੍ਹਦੀ ਸੀ। ਇੱਧਰ ਪਿੰਡਾਂ ਘੱਟ ਹੋਣ ਕਰਕੇ ਮੈਂ ਨੀਟੂ ਨੂੰ ਚੁੱਕੀ ਪਤਨੀ ਨੂੰ ਪਿੱਛੇ ਆਉਣ ਲਈ ਆ ਕੇ ਖੇਤਾਂ ਵਿੱਚੋਂ ਵੀ ਵੱਟੋ ਵੱਟ ਤੁਰ ਪਿਆ। ਹਨੇਰੀ ਰਾਤ ਸੀ, ਵੱਟਾਂ 'ਤੇ ਤਿਲਕਦੇ ਡਿੱਗਦੇ ਅਸੀਂ ਇੱਕ ਸੇਧ ਵਿੱਚ ਤੁਰੇ ਜਾ ਰਹੇ ਸਾਂ। ਮੇਰੀ ਪਤਨੀ ਮੇਰੇ 'ਤੇ ਖਿਝ ਰਹੀ ਸੀ ਜਿਹਨੇ ਇੰਨਾ ਕੁਵੇਲਾ ਕਰ ਦਿੱਤਾ ਸੀ। ਉਹਦੇ ਗਲ ਗਹਿਣਾ ਸੀ, ਸਾਡੇ ਕੋਲ ਪੈਸੇ ਸਨ, ਜੇ ਕੋਈ ਉਹੋ ਜਿਹਾ ਬੰਦਾ ਟੱਕਰ ਜਾਏ ਤਾਂ ਜਾ ਜਾਂਦੀ ਇਹ ਹੋ ਵੀ ਜਾਵੇ। ਪਰ ਮੈਂ ਉਹਨੂੰ ਹੌਸਲਾ ਦੇ ਰਿਹਾ ਸਾਂ। ਮੇਰੇ ਮਨ 'ਚ ਸੀ ਕਿ ਸਾਹਮਣੇ ਜਿਹੜਾ ਬੱਲਬ ਜਗ ਰਿਹਾ ਸੀ ਉਸ ਬਹਿਕ ਦਾ ਸੀ ਜਿਹਦੇ ਐਨ ਕੋਲੋਂ ਰਾਮਪੁਰ ਨੂੰ ਕੱਚੀ ਸੜਕ ਨਿਕਲਦੀ ਸੀ। ਜਦੋਂ ਮੈਂ ਬੱਲਬ ਕੋਲ ਪਹੁੰਚਿਆ ਤਾਂ ਉੱਥੇ ਉਹ ਮਕਾਨ ਹੈ ਹੀ ਨਹੀਂ ਸੀ।
ਜਿਹਦੇ ਬਾਰ ਬਾਰ ਦੋ ਵੱਡੀਆਂ ਕਿੱਕਰਾਂ ਸਨ ਜਿਨ੍ਹਾਂ ਦੇ ਕੋਲੋਂ ਰਾਮਪੁਰ ਨੂੰ ਕੱਚੀ ਸੜਕ ਸ਼ੁਰੂ ਹੁੰਦੀ ਸੀ। ਇਹ ਤਾਂ ਬੰਬੀ ਦਾ ਇੱਕੋ ਇੱਕ ਪੱਕਾ ਕੋਠਾ ਸੀ ਜਿਹਦੇ ਸਿਰ ਤੇ ਬੱਲਬ ਜਗ ਰਿਹਾ ਸੀ। ਕੋਠੇ ਵਿੱਚੋਂ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ। ਬੱਲਬ ਦੀ ਮੱਧਮ ਰੋਸ਼ਨੀ 'ਚ ਸਲੇਟੀ ਧੂੰਆਂ ਹਵਾ 'ਚ ਉੱਠ ਰਿਹਾ ਸੀ ਤੇ ਤਾਜ਼ਾ ਨਿਕਲ ਰਹੀ ਸ਼ਰਾਬ ਦੀ ਬੂ ਸਾਰੇ ਮਾਹੌਲ 'ਚ ਫੈਲੀ ਸੀ। ਸ਼ਰਾਬੀ ਬੰਦੇ ਮੇਰੇ ਨਿਹੱਥੇ ਦੇ ਨਾਲ ਇਕੱਲੀ ਜਨਾਨੀ, ਮੇਰੇ ਮਨ 'ਚ ਇੱਕਦਮ ਕਈ ਸੈਂਕੜੇ ਭੈੜੇ ਖਿਆਲ ਆਉਣ ਲੱਗੇ। ਮੈਂ ਕੰਬ ਗਿਆ। ਅਸੀਂ ਰਾਹ ਭੁੱਲ ਗਏ ਸਾਂ। ਮੈਂ ਪਤਨੀ ਦੇ ਬੁੱਲਾਂ 'ਤੇ ਉਂਗਲ ਰੱਖ ਕੇ ਉਹਨੂੰ ਚੁੱਪ ਰਹਿਣ ਲਈ ਕਿਹਾ। ਦੂਰ ਪਰੇ 8-10 ਕੇਲਿਆਂ ਦੀ ਵਿੱਥ 'ਤੇ ਇੱਕ ਸੱਜੇ ਹੱਥ 'ਤੇ ਇੱਕ ਖੱਬੇ ਹੱਥ ਬੱਲਬ ਜਗ ਰਹੇ ਸਨ। ਸ਼ਾਇਦ ਅਸਲੀ ਬਹਿਕ ਉਹਨਾਂ ਵਿੱਚੋਂ ਹੀ ਕੋਈ ਹੋਏਗੀ। ਮੈਂ ਪਿੱਛੇ ਬੱਸਾਂ ਦੇ ਅੱਡੇ ਵੱਲ ਫਿਰ ਸੱਜੇ ਅਨੁਮਾਨ ਲਗਾ ਕੇ ਸੋਚਿਆ ਕਿ ਖੱਬੇ ਹੱਥ ਵਾਲਾ ਬੱਲਬ ਬਹਿਕ ਦਾ ਹੋਏਗਾ। ਖੇਤਾਂ ਦੇ ਵੱਟਾਂ ਬੰਨਿਆਂ ਤੋਂ ਹੁੰਦੇ ਡਿੱਗਦੇ ਢਹਿੰਦੇ ਡਰੇ ਅਤੇ ਸਹਿਮੇ ਅਸੀਂ ਉਸ ਬੱਲਬ ਦੀ ਸੇਧ 'ਚ ਤੁਰੇ ਜਾ ਰਹੇ ਸਾਂ ਅਤੇ ਆਸੇ ਪਾਸੇ ਦੀ ਖੁੜਕ ਵੀ ਰੱਖ ਰਹੇ ਸਾਂ। ਸਾਨੂੰ ਹੌਲੀ ਹੌਲੀ ਡਰੀ ਆਵਾਜ਼ 'ਚ ਗੱਲਾਂ ਕਰਦਿਆਂ ਸੁਣ ਕੇ ਨੀਟੂ ਵੀ ਡਰ ਕੇ ਹਟਕੋਰੇ ਭਰਨ ਲੱਗਾ। ਉਸ ਬੈਗ 'ਤੇ ਪਹੁੰਚੇ ਤਾਂ ਉੱਥੇ ਵੀ ਕੋਈ ਕਿੱਕਰ ਦਾ ਰੁੱਖ ਨਜ਼ਰ ਨਹੀਂ ਸੀ ਆ ਰਿਹਾ। ਅਸੀਂ ਇਹ ਕਿਹੜੇ ਰਸਤੇ ਪੈ ਗਏ ਸਾਂ? ਮੇਰੀ ਪਤਨੀ ਰੋਣ ਹਾਕੀ ਹੋ ਗਈ। ਖਾਲ 'ਚ ਡਿੱਗ ਪੈਣ ਕਰਕੇ ਉਹਦੇ ਸੈਂਡਲ 'ਤੇ ਪੈਰ ਗਾਰੇ ਨਾਲ ਲੇਥੂ ਪੇਥੂ ਹੋ ਗਏ ਸਨ। ਅੱਜ ਮੈਨੂੰ ਖੁਆ ਕੇ ਜਾਓਗੇ ਤੁਸੀਂ, ਉਹਨੇ ਹਿਰਕ ਕੇ ਆਖਿਆ ਤੇ ਬੁਸਕਣ ਲੱਗ ਪਈ। ਮੇਰੇ ਅੰਦਰ ਡਰ ਤੇ ਸਹਿਮ ਨਾਲ ਚਰਨਾਹਟ ਛਿੜ ਗਈ, ਪਰ ਹੌਸਲਾ ਕਰਕੇ ਉਹਨੂੰ ਆਖਿਆ, ਕਮਲ ਨਾ ਖੁਦਾ, ਇੱਥੇ ਘਰ 'ਚ ਆਵਾਜ਼ ਮਾਰ ਕੇ ਵੇਖਾਂ, ਪਸ਼ੂ ਡੰਗਣ ਹੈਗੇ ਨੇ, ਪਰਿਵਾਰ ਰਹਿੰਦਾ ਹੋਊ ਕੋਈ। ਨਾ ਨਾ ਨਾ, ਵੇਖਿਓ ਕਿਤੇ, ਪਤਨੀ ਨੇ ਚੇਤਾਵਨੀ ਦਿੱਤੀ। ਉਹ ਡਰ ਰਹੀ ਸੀ। ਕੋਈ ਨਹੀਂ, ਤੂੰ ਨੀਟੂ ਨੂੰ ਫੜ ਜ਼ਰਾ, ਮੈਂ ਇਕੱਲਾ ਵੇਖ ਕੇ ਆਉਂਦਾ ਪਹਿਲਾਂ। ਮੈਂ ਬਾਹਰੋਂ ਆਵਾਜ਼ ਦਿੱਤੀ ਤਾਂ ਅੰਦਰੋਂ ਕੁੱਤਾ ਭੌਂਕਿਆ ਤੇ ਨਾਲ ਹੀ ਕੋਈ ਅੰਦਰੋਂ ਬੋਲਿਆ, ਕਿਹੜਾ ਬਈ? ਇੱਕ 30-35 ਸਾਲ ਦਾ ਜਵਾਨ ਦਰਵਾਜ਼ੇ 'ਚ ਆਇਆ, ਭਾਅ ਜੀ ਅਸਲ 'ਚ ਗੱਲ ਇਹ ਹੈ ਕਿ ਮੈਂ ਰਾਮਪੁਰ ਜਾਣਾ, ਪੰਡਿਤ ਰਾਮਨਾਥ ਦੇ ਘਰ। ਮੈਂ ਉਹਨਾਂ ਦਾ ਜਵਾਈ ਹਾਂ। ਸੜਕੇ ਜਾਣ ਦੀ ਥਾਂ ਵੱਟੋ ਵੱਟ ਕੱਚੀ ਸੜਕ ਦਾ ਰੁੱਖ ਕਰ ਬੈਠਾ ਆਪਣੇ ਵੱਲੋਂ, ਪਰ ਰਾਹ ਭੁੱਲ ਗਿਆ। ਅੱਛਾ, ਉਹ ਸੜਕ ਤਾਂ ਉਹ ਪਾਸੇ ਰਹਿ ਗਈ ਚੜ੍ਹਦੇ ਹਾਲ, ਤੁਸੀਂ ਤਾਂ ਇੱਧਰ ਲਹਿੰਦੇ ਨੂੰ ਆ ਗਏ। ਨੌਜਵਾਨ ਦਰਵਾਜ਼ੇ 'ਚ ਹੀ ਖੜ੍ਹਾ ਸੀ। ਵੇ ਕੌਣ ਹੈ ਸੁਰਜੀਤ? ਅੰਦਰੋਂ ਕੋਈ ਜਨਾਨਾ ਆਵਾਜ਼ ਆਈ। ਨੌਜਵਾਨ ਨੇ ਮੇਰੇ ਬਾਰੇ ਦੱਸਿਆ ਤਾਂ 50-55 ਸਾਲ ਦੀ ਇੱਕ ਜਨਾਨੀ ਵਿਹੜੇ 'ਚ ਆ ਗਈ। ਪੁੱਤ, ਇਹਨੂੰ ਅੰਦਰ ਲੈ ਆ, ਰਾਮਨਾਥ ਦਾ ਜਵਾਈ ਕੀ ਅਤੇ ਸਾਡਾ ਜਵਾਈ ਕੀ। ਪੁੱਤ, ਸਾਡਾ ਪਿੰਡ ਵੀ ਰਾਮਪੁਰੀ ਆ, ਦੂਰ ਜ਼ਮੀਨ ਹੋਣ ਕਰਕੇ ਇੱਥੇ ਹੀ ਆ ਵਸੇ ਹਾਂ। ਤੂੰ ਵੱਡੀ ਦੁਲਾਰੀ ਦਾ ਪ੍ਰਾਹੁਣਾ? ਨਹੀਂ ਜੀ, ਛੋਟੀ ਪਾਰਵਤੀ ਦਾ, ਜਿਹੜੀ ਸ਼ਹਿਰ ਵਿਆਹੀ ਆ। ਅਤੇ ਲੰਘ ਆ ਨਾ ਅੰਦਰ। ਵੇ ਸੁਰਜੀਤ, ਤੂੰ ਤਾਂ ਉਹਦਾ ਰਾਹ ਰੋਕ ਕੇ ਖੜ੍ਹਾ ਹੈ, ਪਾਸੇ ਹੋਵੇ। ਸੁਰਜੀਤ ਹੱਸ ਕੇ ਪਾਸੇ ਹੋ ਗਿਆ। ਕੋਈ ਖਤਰਾ ਨਾ ਜਾਣ ਕੇ ਮੈਂ ਪਿੱਛੇ ਆ ਖੜੋਤੀ ਪਾਰਵਤੀ ਨੂੰ ਪਹਿਲਾਂ ਅੰਦਰ ਲੰਘਣ ਲਈ ਕਿਹਾ। ਲੈ ਕੁੜੇ ਪਾਰੋ, ਤੇਰੇ ਤਾਏ ਦਾ ਘਰ ਕਮਲੋ, ਬਾਹਰ ਖਲੋਤੀ ਹੈ। ਉਹਨੇ ਅੱਗੇ ਵੱਧ ਕੇ ਪਾਰਵਤੀ ਦਾ ਸਿਰ ਪਲੋਸਿਆ ਅਤੇ ਫਿਰ ਸਾਨੂੰ ਮੰਜਿਆਂ 'ਤੇ ਬਿਠਾ ਪਾਣੀ ਗਰਮ ਕਰਕੇ ਤਾਈ ਕਰਤਾਰ ਕੌਰ ਨੇ ਪਾਰਵਤੀ ਦੇ ਲਿਬੜੇ ਪੈਰ ਧੁਆਏ। ਹਾਏ ਕਮਲੀ, ਪੁੱਤ ਸੁਆਖਤੇ ਨਹੀਂ ਤੁਰੀ ਦਾ, ਚੰਗਾ ਭੈਣ ਦਾ ਵਿਆਹ ਵੇਖਣ ਆਈ ਹੈ। ਕੁੜੀਆਂ 2-4 ਦਿਨ ਪਹਿਲਾਂ ਆਉਂਦੀਆਂ, ਸਗੋਂ ਕੰਮ ਧੰਦਾ ਕਰਨ। ਪਰ ਭੈਣਾ, ਤੂੰ ਤਾਂ ਸ਼ਹਿਰਨ ਹੋਈ, ਹੁਣ ਤੈਨੂੰ ਟਾਈਮ ਕਾਹਨੂੰ ਲੱਗਦਾ? ਅਤੇ ਫਿਰ ਸਾਡੇ ਰੋਕਦਿਆਂ ਰੋਕਦਿਆਂ ਵੀ ਤਾਈ ਨੇ ਆਪਣੀ ਨੂੰਹ ਨੂੰ ਸਾਡੇ ਲਈ ਦੁੱਧ ਗਰਮ ਕਰਨ ਦਾ ਆਦੇਸ਼ ਦੇ ਦਿੱਤਾ। ਦੁੱਧ ਪਿਆ ਕੇ ਉਹਨੇ ਸੁਰਜੀਤ ਨੂੰ ਸਾਡੇ ਨਾਲ ਜਾਣ ਲਈ ਕਿਹਾ। ਮੈਂ ਤਾਂ ਆਉਂਦੀ ਸੀ ਪੁੱਤ, ਇੱਥੇ ਹੀ ਪਏ ਰਹਿੰਦੇ ਹੋ, ਪਰ ਅੱਜ ਮੇਲ ਦਾ ਦਿਨ ਕਰਕੇ ਤੁਹਾਡੇ ਨਾ ਪੁੱਜਣ 'ਤੇ ਮਿਸਰ ਹੋਣੀ ਫਿਕਰ ਕਰਨਗੇ। ਜਾਵੇ ਸੁਰਜੀਤ, ਪਿੰਡ ਤੱਕ ਕਰ ਆ ਉਹਨਾਂ ਨੂੰ। ਸੁਰਜੀਤ ਇੱਕ ਹੱਥ ਡਾਂਗ ਅਤੇ ਇੱਕ ਹੱਥ ਬੈਟਰੀ ਲੈ ਕੇ ਸਾਡੇ ਕੋਲ ਆਣ ਖੜੋਤਾ। ਲਿਆ ਭੈਣਾ ਭਣੇਵਾ ਸਾਡਾ, ਸਾਨੂੰ ਮੈਨੂੰ ਚੁਕਾ ਦੇ। ਆਓਏ ਸ਼ਹਿਰੀ ਬਾਬੂ, ਉਹਨੇ ਨੀਟੂ ਵੱਲ ਹੱਥ ਵਧਾਏ। ਉੱਪਰਾ ਬੰਦਾ ਅਤੇ ਡਾਂਗ ਵਾਲਾ ਹੱਥ ਅੱਗੇ ਵਧਿਆ ਵੇਖ ਨੀਟੂ ਡਰ ਗਿਆ ਅਤੇ ਮਾਂ ਦੇ ਮੋਢੇ ਨਾਲ ਲੱਗ ਗਿਆ। ਕੋਈ ਨਹੀਂ ਭਰਾ ਜੀ, ਪਾਰਵਤੀ ਨੇ ਕਿਹਾ। ਗੰਦੂ, ਇਹ ਡਾਂਗ ਕਿਤੇ ਤੈਨੂੰ ਡਰਾਉਣ ਲਈ ਥੋੜ੍ਹੀ ਹੈ। ਇਹ ਤਾਂ ਸੁਰਜੀਤ ਨੇ ਗੱਲ ਵਿੱਚ ਹੀ ਛੱਡਤੀ। ਅਤੇ ਫਿਰ ਸੁਰਜੀਤ ਨੇ ਬੈਟਰੀ ਜਗਾਈ ਅਤੇ ਸਾਡੇ ਅੱਗੇ ਅੱਗੇ ਵੱਟਾਂ ਖਾਲਾਂ 'ਤੇ ਖਲੋ ਕੇ ਚਾਨਣ ਕਰਦਾ ਰਾਹ ਵਿਖਾਉਂਦਾ ਤੁਰਿਆ ਗਿਆ ਅਤੇ ਸਾਨੂੰ ਪਿੰਡ ਦੀ ਫਿਰਨੀ 'ਤੇ ਚੜ੍ਹਾ ਕੇ ਵਾਪਸ ਮੁੜਿਆ। ਖੜੱਕ ਖੜੱਕ ਖੜੱਕ, ਗੱਡੀ ਬਿਆਸ ਦੇ ਪੁਲ ਉੱਪਰੋਂ ਦੀ ਲੰਘ ਰਹੀ ਸੀ ਅਤੇ ਉਹਦੇ ਖੜਾਕੇ ਨੇ ਮੇਰੀ ਸੋਚ ਪਰਤਾਈ। ਤੁਸੀਂ ਇਹ ਬਹੁਤ ਗਲਤ ਬਾਤ ਕੀਤੀ, ਜ਼ਬਰਦਸਤੀ ਗੱਡੀ 'ਚ ਚੜ੍ਹਨ ਵਾਲੇ ਗਾਰਡ ਫਿਰ ਮੈਨੂੰ ਮੁਖਾਤਬ ਸੀ। ਮੈਂ ਤੁਹਾਨੂੰ ਗੱਡੀ 'ਚੋਂ ਉਤਾਰ ਦਿਆਂ ਜਾਂ ਗ੍ਰਿਫਤਾਰ ਕਰਵਾ ਦਿਆਂ? ਉਹਨੇ ਇੱਕ ਹੋਰ ਹਥੌੜਾ ਸਿਰ 'ਚ ਦੇ ਮਾਰਿਆ। ਇਹਦੀ ਅਜੇ ਕਸਰ ਬਾਕੀ ਸੀ। ਸਰ ਮਾਫ਼ੀ ਦਿਓ, ਸਾਡੀ ਮਜਬੂਰੀ ਸੀ। ਉਹਦੇ ਰੁੱਖੇ 'ਤੇ ਖੁਸ਼ਕ ਹੋਏ ਵਤੀਰੇ ਤੋਂ ਜਾਪਦਾ ਸੀ ਕਿ ਕੁਝ ਵੀ ਕਰ ਸਕਦਾ ਸੀ। ਤੁਹਾਨੂੰ ਆਪਣੀ ਮਜਬੂਰੀ ਦਾ ਤਾਂ ਅਹਿਸਾਸ ਹੈ, ਪਰ ਸਾਡੀ ਦਾ ਕੋਈ ਨਹੀਂ। ਜੇ ਮੈਂ ਫੜਿਆ ਜਾਵਾਂ ਤੁਹਾਨੂੰ ਲਿਜਾਂਦਾ ਹੋਇਆ,
ਮੇਰੀ ਤਾਂ ਨੌਕਰੀ ਗਈ ਨਾ। ਫਿਰ ਉੱਤੋਂ ਦਿਨ ਕਿਹੋ ਜਿਹੇ ਨੇ, ਮਾਹੌਲ ਕਿਹੋ ਜਿਹਾ ਹੈ, ਕੀ ਪਤਾ ਤੁਹਾਡੇ 'ਚੋਂ ਕੋਈ ਕੌਣ ਹੈ ਅਤੇ ਕਿਸ ਤਰ੍ਹਾਂ ਦਾ, ਅਤੇ ਨਾ ਜਾਣੀਏ ਕੋਈ ਇਹੋ ਜਿਹੀ ਗੱਲ ਹੋ ਜਾਏ, ਮੈਂ ਕਿਹਦੀ ਮਾਂ ਨੂੰ ਮਾਸੀ ਆਖੂੰ। ਉਹਦਾ ਆਪਣਾ ਤਰਕ ਠੀਕ ਸੀ। ਮੈਂ ਡੀਪੀ ਨਾਲ ਮਿਲਦੇ ਚਿਹਰੇ ਵਾਲੇ ਨੌਜਵਾਨ ਵੱਲ ਵੇਖਿਆ, ਨਾ ਜਾਣੀਏ ਕਿਤੇ ਇਹ ਵੀ ਉਹੋ ਜਿਹੇ ਨਾ ਹੋਣ। ਮੈਨੂੰ ਉਹਨਾਂ ਵੱਲ ਤੱਕਦਾ ਵੇਖ ਗਾਰਡ ਨੇ ਸ਼ਾਇਦ ਸਮਝਿਆ ਕਿ ਜਿਵੇਂ ਮੈਂ ਜਾਣਨਾ ਚਾਹ ਰਿਹਾ ਹੋਵਾਂ ਕਿ ਗਾਰਡ ਉਹਨਾਂ ਬਾਰੇ ਕਿਉਂ ਚੁੱਪ ਸੀ। ਉਹਨੇ ਤਰਕ ਦਾ ਪਲੜਾ ਸਾਵਾਂ ਕਰਨਾ ਚਾਹਿਆ। ਹੁਣ ਇਹਨਾਂ ਸਰਦਾਰਾਂ ਨੇ ਗੱਲ ਹੀ ਇਹੋ ਜਿਹੀ ਦੱਸੀ ਆ ਕਿ ਮੈਂ ਨਾ ਨਹੀਂ ਕਰ ਸਕਿਆ। ਇੱਕ ਅੱਧ ਬੰਦਾ ਤਾਂ ਚਲੋ ਹੋਇਆ ਅਤੇ ਗਾਰਡ ਚੁੱਪ ਕਰ ਗਿਆ। ਵੱਡਾ ਨੌਜਵਾਨ ਬੋਲਿਆ, ਬੜੀ ਮਿਹਰਬਾਨੀ ਤੁਹਾਡੀ, ਅਸੀਂ ਤੁਹਾਡੇ ਦੇਣਦਾਰ ਹਾਂ ਜੀ। ਫਿਰ ਕੁਝ ਚਿਰ ਡੱਬੇ 'ਚ ਚੁੱਪ ਵਰਤੀ ਰਹੀ। ਗੱਡੀ ਚੱਲਣ ਦਾ ਖੜਕਾ ਮੇਰੇ ਜ਼ਿਹਨ 'ਚ ਖੜਕ ਰਿਹਾ ਸੀ। ਮੈਂ ਹੋਰ ਵੀ ਸ਼ਸ਼ੋਪਨ 'ਚ ਪੈ ਗਿਆ ਸਾਂ। ਇਹਨਾਂ ਸਰਦਾਰਾਂ ਨੇ ਭਲਾ ਕਿਹੋ ਜਿਹੀ ਗੱਲ ਕੀਤੀ ਹੋਊ, ਕੀ ਆਖਿਆ ਹੋਊ ਗਾਰਡ ਨੂੰ? ਗਾਰਡ ਬਾਹਰ ਨੂੰ ਵੇਖ ਰਿਹਾ ਸੀ। ਸਾਡੇ ਨਾਲ ਚੜ੍ਹਨ ਵਾਲੇ ਅੱਧਖੜ ਸਰਦਾਰ ਨੇ ਹੌਲੀ ਜਿਹੀ ਪਰ ਗਾਰਡ ਨੂੰ ਸੁਣਾ ਕੇ ਅੱਧਾ ਕੋਲ ਬੈਠੇ ਜਵਾਨਾਂ ਨੂੰ ਅਤੇ ਅੱਧਾ ਸਾਡੇ ਵੱਲ ਵੇਖਦਿਆਂ ਕਿਹਾ, ਆਪਾਂ ਨੂੰ ਥੋੜ੍ਹੀ ਬਹੁਤ ਸੇਵਾ ਤਾਂ ਕਰਨੀ ਬਣਦੀ ਹੈ, ਘੱਟੋ ਘੱਟ ਕਿਰਾਏ ਜੋਗੀ ਤਾਂ। ਉਹਨੇ ਜੇਬ 'ਚੋਂ 10 ਦਾ ਨੋਟ ਕੱਢਿਆ। ਮੈਂ ਅਤੇ ਜੁਗਲ ਨੇ ਵੀ 10-10 ਰੁਪਏ ਕੱਢ ਕੇ ਸਰਦਾਰ ਨੂੰ ਫੜਾਏ। ਖੁੱਲ੍ਹੀ ਦਾੜ੍ਹੀ ਵਾਲੇ ਨੌਜਵਾਨ ਨੇ 20 ਦਾ ਨੋਟ ਕੱਢ ਕੇ ਉਸ ਸਰਦਾਰ ਵੱਲ ਵਧਾਇਆ। ਗਾਰਡ ਹੁਣ ਸਾਡੇ ਵੱਲ ਵੇਖ ਰਿਹਾ ਸੀ। ਨੌਜਵਾਨ ਨੂੰ ਨੋਟ ਫੜਾਉਂਦਿਆਂ ਵੇਖ ਉਹਨੇ ਕਿਹਾ, ਰਹਿਣ ਦਿਓ ਇਹਨਾਂ ਦੇ, ਮੋੜ ਦਿਓ 20 ਦਾ ਨੋਟ। ਸਰਦਾਰ 30 ਰੁਪਏ ਫੜਾਉਣ ਗਾਰਡ ਵੱਲ ਵਧਣ ਹੀ ਲੱਗਾ ਸੀ ਕਿ ਗਾਰਡ ਨੇ ਦੋਹਾਂ ਕਰਮਚਾਰੀਆਂ 'ਚੋਂ ਇੱਕ ਨੂੰ ਆਖਿਆ, ਮੁਰਾਰੀ ਫੜ ਲੈ। ਮੁਰਾਰੀ ਨੇ 30 ਰੁਪਏ ਫੜ ਕੇ ਜੇਬ 'ਚ ਪਾ ਲਏ। ਉਹਦੀ ਜੇਬ 'ਚ ਪੈਸੇ ਪੈਂਦਿਆਂ ਇੱਕ ਪਲ ਲਈ ਮੈਂ ਤਣਾਓ ਮੁਕਤ ਹੋਇਆ। ਅੱਖਾਂ ਮੀਟ ਕੇ ਨਿਸ਼ਚਿਤ ਹੋਣ ਦਾ ਯਤਨ ਕੀਤਾ ਪਰ ਸ਼ੱਕ ਦੀ ਇੱਕ ਚੰਗਿਆੜੀ ਮੇਰੇ ਅੰਦਰ ਧੁਖਣ ਲੱਗ ਪਈ, ਕਿਤੇ ਗਾਰਡ ਇਹਨਾਂ ਤੋਂ ਡਰਦਾ ਤਾਂ ਨਹੀਂ? ਅਤੇ ਮੈਨੂੰ ਲੱਗਾ ਇਹ ਨੌਜਵਾਨ ਅਤੇ ਡੀਪੀ ਦਾ ਚਿਹਰਾ ਆਪਸ ਵਿੱਚ ਘੁਲਦਾ ਮਿਲਦਾ ਅਤੇ ਫੈਲਦਾ ਜਾ ਰਿਹਾ ਸੀ ਅਤੇ ਵੱਡਾ ਹੁੰਦਾ ਜਾ ਰਿਹਾ ਸੀ। ਉਸ ਚਿਹਰੇ ਨੇ ਸਾਰੇ ਡੱਬੇ ਨੂੰ ਮੱਲ ਲਿਆ ਸੀ। ਮੇਰੇ ਕੰਨਾਂ 'ਚ ਡੀਪੀ ਦੇ ਬੋਲ ਗੂੰਜੇ, ਸਾਡੇ ਵੀ ਹੋਣਗੇ ਬੋਲ ਬਾਲੇ ਕਦੀ ਅਕਸਰ ਤਾਂ। ਹਰਚਰਨ ਅਤੇ ਦੂਜੇ ਸਿੱਖ ਮਾਸਟਰ ਘੱਟ ਹੀ ਕਿਸੇ ਨੂੰ ਚੁੱਭਵੀਂ ਗੱਲ ਆਖਦੇ ਸਨ। ਆਪਸ 'ਚ ਜੋ ਮਰਜ਼ੀ ਕਹਿੰਦੇ ਰਹਿੰਦੇ ਹੋਣ ਪਰ ਸਾਂਝੀ ਮੇਜ਼ 'ਤੇ ਸਾਂਝੀਆਂ ਗੱਲਾਂ ਹੀ ਕਰਦੇ ਸਨ। ਆਪਸ ਵਿੱਚ ਤਾਂ ਸਾਰੇ ਹੀ ਕਰਦੇ ਹਨ ਪਰ ਡੀਪੀ ਵਾਂਗ ਸ਼ਰੇਆਮ ਕੋਈ ਘੱਟ ਹੀ ਬੋਲਦਾ ਸੀ। ਉਸ ਦਿਨ ਕਹਿ ਰਿਹਾ ਸੀ, ਹੁਣ ਪੁਲਿਸ ਝੂਠੇ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਮਾਰ ਰਹੀ ਹੈ, ਮੀਰ ਮੰਨੂ ਵਾਂਗ। ਪਰ ਭਾਜੀ, ਜਿਉਂ ਜਿਉਂ ਮੰਨੂ ਵੱਢਦਾ ਹੈ ਦੂਣੇ ਚੌਣੇ ਹੋਏ। ਕਾਨੂੰਨ ਅਤੇ ਅਦਾਲਤਾਂ ਕਿੱਧਰ ਗਈਆਂ? ਪੁਲਿਸ ਹੀ ਵਿਧਾਨ, ਪੁਲਿਸ ਹੀ ਗਵਾਹ, ਪੁਲਿਸ ਹੀ ਜੱਜ, ਪੁਲਿਸ ਹੀ ਜਲਾਦ, ਇਹ ਜੇ ਲੋਕ ਰਾਜ। ਉਸ ਦਿਨ ਡੀਪੀ ਦੀ ਬੋਲ ਚਾਲੇ ਵਾਲੀ ਗੱਲ ਸੁਣ ਕੇ ਹਿਸਾਬ ਮਾਸਟਰ ਨਰੇਸ਼ ਮੈਨੂੰ ਵੱਖਰਾ ਹੋ ਕੇ ਕਹਿਣ ਲੱਗਾ, ਇਹ ਐਵੇਂ ਪਿੱਟੀ ਜਾਂਦੇ ਆ? ਪੁਲਿਸ ਨੂੰ, ਗਵਾਹਾਂ ਨੂੰ, ਜੱਜਾਂ ਨੂੰ, ਸਭ ਨੂੰ ਤਾਂ ਮਾਰੀ ਜਾਂਦੇ ਨੇ, ਇਹਨਾਂ ਨੂੰ ਅਦਾਲਤਾਂ 'ਚੋਂ ਤਾਂ ਸਜ਼ਾ ਹੋਣੋਂ ਰਹੀ ਫਿਰ। ਅਤੇ ਰਹੀ ਗੱਲ ਇਹਨਾਂ ਦੇ ਬੋਲ ਬਾਬਿਆਂ ਬੋਲ ਵਾਲਿਆਂ ਦੀ, ਪੰਜਾਬੀ 'ਚ ਪੰਜਾਬ 'ਚ ਪਾਰਟੀ ਕੋਈ ਅੱਗੇ ਆਵੇ, ਮੁੱਖ ਮੰਤਰੀ ਇਹਨਾਂ ਦਾ ਬਣਦਾ, ਰਾਸ਼ਟਰਪਤੀ ਇਹਨਾਂ ਦਾ, ਸਦਾ ਸੈਂਟਰ 'ਚ 1-2 ਮਹੱਤਵਪੂਰਨ ਮਿਨਿਸਟਰੀਆਂ ਇਹਨਾਂ ਕੋਲ ਹੁੰਦੀਆਂ, ਫੌਜਾਂ ਜਾਂ ਪੁਲਿਸ 'ਚ ਵੱਡੇ ਅਫਸਰ ਇਹਨਾਂ ਦੇ। ਇਹਨਾਂ ਦੀ ਗਿਣਤੀ ਵੇਖੋ ਅਤੇ ਅਹੁਦਿਆਂ ਦੀ ਪਰਸੈਂਟੇਜ ਵੇਖੋ। ਉਹਦੀ ਗੱਲ ਮੁੱਕਦੀ ਨਾ ਵੇਖ ਕੇ ਮੇਰੇ ਮੂੰਹ ਹੱਸਦਿਆਂ ਨਿਕਲ ਗਿਆ, ਹੁਣ ਤਾਂ ਭਰਾਵਾ ਦਿਨ ਰਾਤ ਬੋਲਬਾਲਾ ਹੀ ਇਹਨਾਂ ਦਾ, ਕਿਤੇ ਉਹ ਮਾਰਤਾ ਕਿਤੇ ਹੈ ਠਾ ਠੂ। ਸਾਹਮਣੇ ਬੈਠੇ ਦੋਨੇ ਨੌਜਵਾਨ ਚੁੱਪ ਚਾਪ ਸਨ। ਛੋਟਾ ਤਾਂ ਸ਼ਾਇਦ ਸਾਰੇ ਸਫ਼ਰ ਦੌਰਾਨ ਇੱਕ ਅੱਧੀ ਵਾਰੀ ਬੋਲਿਆ ਸੀ। ਉਹਨਾਂ ਤੋਂ ਕਲਪਿਆ ਖਤਰਾ ਮੈਨੂੰ ਨਿਰਮੂਲ ਜਾਪਿਆ, ਪਰ ਖਤਰਾ ਤਾਂ ਸਿਰ 'ਤੇ ਹੋਰ ਖੜਾ ਹੋਇਆ ਸੀ। ਜਦੋਂ ਮਾਨਾ ਵਾਲਾ ਲੰਘਦਿਆਂ ਹੀ ਗਾਰਡ ਨੇ ਮੈਨੂੰ ਆਖਤਾ, ਤੁਹਾਨੂੰ ਅਸੀਂ ਸਟੇਸ਼ਨ 'ਤੇ ਨਹੀਂ ਉਤਾਰ ਸਕਦੇ, ਉਰੇ ਉਤਾਰਨਾ ਪਏਗਾ। ਸਟੇਸ਼ਨ 'ਤੇ ਉਤਰਦਿਆਂ ਸਾਡੀ ਤੁਹਾਡੀ ਦੋਵਾਂ ਧਿਰਾਂ ਦੀ ਪੁੱਛ ਗਿੱਛ ਹੋਊ, ਐਵੇਂ ਕਿਤੇ ਧਰ ਲੈ ਜਾਓਗੇ। ਅੰਮ੍ਰਿਤਸਰ ਦੀ ਜੂਹ ਫੜਦਿਆਂ ਹੀ ਗੱਡੀ ਹੌਲੀ ਹੋਣੀ ਸ਼ੁਰੂ ਹੋ ਗਈ। ਜਿਉਂ ਹੀ ਗੱਡੀ ਜੋੜੇ ਫਾਟਕ ਲੰਘ ਕੇ ਗੋਲਡਨ ਐਵੇਨਿਊ ਕੋਲ ਪਹੁੰਚੀ ਤਾਂ ਉਹਦੀ ਰਫ਼ਤਾਰ ਕਾਫ਼ੀ ਧੀਮੀ ਹੋ ਗਈ। ਚਲੋ ਜੀ ਚਲੋ, ਉੱਠੋ ਬਾਹੂ ਜੀ, ਉਤਰਨ ਲਈ ਇਹ ਥਾਂ ਵਧੀਆ, ਪੱਧਰੀ ਹੈ। ਭਾਵੇਂ ਨਿੰਮੀ ਜੀ ਚੰਨ ਚਾਨਣੀ ਵੀ ਪਸਰ ਰਹੀ ਸੀ ਪਰ ਉਹਨੇ ਸਰਚ ਲਾਈਟ ਮਾਰ ਕੇ ਸਾਨੂੰ ਪੱਧਰੀ ਪਟੜੀ ਵਿਖਾਈ ਅਤੇ ਛਾਲ ਮਾਰਨ ਲਈ ਕਿਹਾ, ਛੇਤੀ ਕਰੋ ਛੇਤੀ। ਬਾਰੀ ਕੋਲ ਸਭ ਤੋਂ ਅੱਗੇ ਮੈਂ ਹੀ ਸਾਂ। ਮੈਂ ਬਾਰੀ ਦਾ ਡੰਡਾ ਫੜ ਕੇ ਪਾਏਦਾਂ 'ਤੇ ਸੰਭਲ ਕੇ ਪੈਰ ਧਰਿਆ ਅਤੇ ਫਿਰ ਜਿਸਮ ਸੰਭਾਲਦਾ ਅੱਗੇ ਨੂੰ ਮੂੰਹ ਕਰਕੇ ਪਟੜੀ 'ਤੇ ਹੌਲੀ ਜਿਹੀ ਉਤਰ ਗਿਆ। 10-15 ਗਜ਼ ਦੀ ਵਿੱਥ 'ਤੇ ਜੁਗਲ ਵੀ ਉਤਰ ਗਿਆ, ਥੋੜ੍ਹੀ ਥੋੜ੍ਹੀ ਵਿੱਥ 'ਤੇ ਹੋਰ ਜਣੇ ਵੀ ਉਤਰ ਰਹੇ ਸਨ। ਪਰ ਸਾਨੂੰ ਉਹਨਾਂ ਨੂੰ ਵੇਖਣ ਅਤੇ ਉਡੀਕਣ ਦੀ ਲੋੜ ਨਹੀਂ ਸੀ। ਰਾਤ ਨੂੰ ਰੇਲਵੇ ਲਾਈਨ ਦੇ ਨਾਲ ਨਾਲ ਚੱਲਣਾ ਵੀ ਕੋਈ ਘੱਟ ਖਤਰੇ ਵਾਲੀ ਗੱਲ ਨਹੀਂ ਸੀ। ਐਵੇਂ ਕੋਈ ਆਖਦਾ ਰੇਲਵੇ ਲਾਈਨ ਉਖੇੜਨ ਲੱਗੇ ਸਨ, ਗੱਡੀ ਉਲਟਾਉਣ ਲੱਗੇ ਸਨ।
मैं जुगल नू आख्या पटड़ी तो उतर के ए सीधे डांडे मिंडे हो जाइए आबादी वाल, ते असी तेज तेज कदमी तुर पे। सच्ची गल तो यही सी कि मैं अजे भी उन्होंने सिख नौजवानों तो डर रहा सन, कि पता कौन सन, भेद भरे रहस्यमई चुप गुड़प। तुरे जाने मैं पिछा भौं के वेख्या दोवें गड्डियां उतर के पिछे मुड़ के साडे वाल ही आ रहे सन। अदखड़ सरदार शायद अगे किधरे उतरिया सी, उन्होंने तेज कदमी अपने वल आउंदिया वेख के मेरा दिल धड़किया। मैं जुगल नूं होर तेज तुरन लई कहा, मैनूं तां खतरनाक बंदे लगदे ने। इन्ने चिर च उन्होंने तेज कदमां दे खड़ाक नाल उन्होंने हौली हौली गल्लां करन दी आवाज़ सुनाई दित्ती। एक कह रहा सी भज के मिल पैंदे आ, ये आवाज़ शायद छोटे दी सी। मेरे तो सिर तो लैके पैरों तक पसीना छुट गया। मैनूं लगा हुणे भज के मिंट विच साडे मौरी आ चढ़नगे, तो फिर एक छिंच ठा ठा कर दियां गोलियां साडी पिट वल्लों हुंदियां छाती चीरदियां आर पार हो जाणगियां। मैं पिछे आउंदी आवाज़ वल ध्यान दिता, नहीं आवाज़ मार लैंदे हाँ, वड्डा नौजवान कह रहा सी। डरे हुए असी आपस च कोई गल भी नहीं सी कर रहे, उन्हां दे होर भी तेज हो जाण नाल साडी वित होर भी घट गई सी। मैं जुगल नूं दौड़न वास्ते ही कहन लगा सां कि पिछों आवाज़ आई, बाऊ जी। सहम नाल मेरे पैरां नूं जिवें जंजीर ही तां वज गई। जुगल भी खड़ो गया, तुस तां भज ही उठे, सानूं नाल ही नहीं लिया, वड्डा नौजवान कहन लगा। असल च मेरी चाची इहदे छोटे दी मदर दी डैथ अज शामी 3 कु बजे हो गई सी। मैं इहनूं लैण गया सां जलंधरों, बस जांदिया आउंदिया कुवेला हो गया। गार्ड विचारे नूं बेनती कीती ते उह मन गया। मैनूं कोई गल औड़ नहीं सी रही, मैं अजे भै दे शिकंजे चों पूरी तर्हां नहीं सां निकल सकिया। चलो तुरो, उन्हें आखिया, मैं अजे भी डरिया खड़ोता सां। मैनूं खड़ोता वेख वड्डा नौजवान कहन लगा, असल च गल ये है कि असी दोवें डरदे हाँ कि कितें CRP जां पुलिस चों किसी ने वेख लिया तां सानूं शक्लों सिख वेख के गोली ना मार दे। अजकल बंदा मारन लग्गिया पुछ गिछ कौन करदा है जी, तुसीं नाल होगे तां कोई मिलिया भी तां तुहाडे करके साडा बचाव हो जाऊगा। वो बोल रहा सी ते मेरे मन च तनाव ते सहम दी धुंद हौली हौली दूर हुंदी जा रही सी। मेरिया नाड़ां च जमया होया खून फिर पंघर के तुर पिया सी। मैं निश्चिंत हो के उन्हां दे अगे अगे तुर पिया ते उन्हां नूं बेफिक्र रहण लई आख्या। मैं अगे अगे तुरिया जा रहा सां ते मैनूं जाप रहा सी जिवें मैं सुरजीत होवां ते मेरे हत्थ च डांग ते बैटरी फड़ी होवे, ते मैं जिहदा सिर्फ नां राजकुमार सी चौथी कूट वल हिक ताणी तुरिया जा रहा सां। धन्यवाद।